ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕੀ ਪ੍ਰੋਗਰਾਮ ਨੂੰ ਅੱਗੇ ਵਧਾਈਏ ਤੇ ਪਹਿਲਾਂ ਇੱਕ ਸਨੇਹਾ ਬਿਕਸਵਿਲੀ ਰੀ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨੂੰ 6617541722 ਤੇ ਵਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਲੋਕਲ ਜੌਬ ਦਿੰਦੀ ਹੈ ਓਨਰ ਤੇ ਡਰਾਈਵਰ ਆਪਰੇਟਰਸ ਨੂੰ ਓਨਰ ਆਪਰੇਟਰਸ ਤੇ ਡਰਾਈਵਰ ਸੰਪਰਕ ਕਰ ਸਕਦੇ ਨੇ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਤੁਹਾਡੀ ਸਹੂਲਤ ਦੇ ਲਈ ਪੰਜਾਬੀ ਦੇ ਵਿੱਚ ਡਿਸਪੈਚ ਵੀ ਕੀਤਾ ਜਾਂਦਾ ਹੈ ਇੱਕ ਸੁਨਹਿਰ ਅਰਲਿੰਗਟਨ ਫਿਊਲ ਸਟਾਪ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇ ਉਣੀ ਕਾਲ ਕਰੋ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ 14814 ਅਲੋਮ ਸਟਰੀਟ ਲਾਸਟ ਹਿੱਲ ਫੋਨ ਨੰਬਰ 6014 797 354 ਤੇ ਟੇਲੋ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਟੇਲੋ ਸਭ ਕੱਲ ਦੀ ਜਿਹੜੀ ਜੀਂਦ ਰੈਲੀ ਆਪਾਂ ਕਹਿ ਸਕਦੇ ਹਾਂ ਮਹਾਪੰਚਾਇਤ ਕਹਾਗੇ ਹੁਣ ਬੜਾ ਕੱਟ ਸੀ ਇਹਦਾ ਮੁਲਾਂਕਣ ਕਿਸ ਤਰ੍ਹਾਂ ਕਰਦੇ ਹਾਂ ਇਥੋਂ ਦੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਲੈ ਕੇ ਚੱਲਦੇ ਹਾਂ ਇਸ ਦਾ ਪ੍ਰਭਾਵ ਕੀ ਰਹੇਗਾ ਉਹ ਕੀ ਸਮਝਦੇ ਹੋ ਦੇਖੋ ਪਹਿਲਾ ਪ੍ਰਭਾਵ ਤਾਂ ਇਹੋ ਹੀ ਹੈ ਕਿ ਜਿਹੜਾ ਸ਼ੁਰੂ ਤੋਂ ਜੀ ਕੇਂਦਰ ਸਰਕਾਰ ਵੱਲੋਂ ਬੀਜੇਪੀ ਵੱਲੋਂ ਤੇ ਮੋਦੀ ਜਾਂ ਕੋਈ ਗੋਦੀ ਮੀਡੀਆ ਜੀ ਉਹਦੇ ਵੱਲੋਂ ਜਿਹੜਾ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਸੀ ਕਿ ਇਹ ਅੰਦੋਲਨ ਸਿਰਫ ਤੇ ਸਿਰਫ ਪੰਜਾਬ ਦਾ ਹੈ ਹੂੰ ਹੂੰ ਉਹਨੇ ਸਾਰੇ ਪਰੰਪਲਿਖੇ ਦੂਰ ਕਰ ਦਿੱਤੇ ਜੀ ਅੰਦੋਲਨ ਦੀ ਸ਼ੁਰੂਆਤ ਪੰਜਾਬ ਦੇ ਵਿੱਚੋਂ ਜ਼ਰੂਰ ਹੋਈ ਸੀ ਹੂੰ ਹੂੰ ਲੇਕਿਨ ਅੰਦੋਲਨ ਜਿੰਨਾ ਬੁਲੰਦੀਆਂ ਤੇ ਅੱਜ ਪਹੁੰਚਿਆ ਵੈ ਜੀ ਇਹਦੇ ਵਿੱਚ ਹਰਿਆਣੇ ਦੀ ਭੂਮਿਕਾ ਬਹੁਤ ਅਹਿਮ ਹੈ ਬਹੁਤ ਅਹਿਮ ਨਹੀਂ ਮੈਂ ਇਸ ਕਹੂੰਗਾ ਸਭ ਤੋਂ ਅਹਿਮ ਹੈ ਅਹਿਮ ਹੈ ਬਿਲਕੁਲ ਕਿਉਂਕਿ ਹਰਿਆਣੇ ਦੇ ਕਿਸਾਨਾਂ ਨੇ ਹੀ ਅੰਬਾਲਾ ਦੇ ਕੋਲੋਂ ਵੈਰੀਕੇਟ ਨੂੰ ਤੋੜਿਆ ਸੀ ਹੂੰ ਹੂੰ ਪੰਜਾਬ ਦੇ ਕਿਸਾਨ ਲੀਡਰਾਂ ਦਾ ਪੰਜਾਬ ਦੇ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਸੀ ਕਿ ਜਿੱਥੇ ਵੀ ਸਾਨੂੰ ਪੁਲਿਸ ਨੇ ਰੋਕਤਾ ਅਸੀਂ ਉੱਥੇ ਬੈਠ ਜਾਵਾਂਗੇ ਬੈਠ ਜਾਵਾਂਗੇ ਇਸ ਗੱਲ ਦਾ ਪਤਾ ਸੀ ਕਿ ਪੁਲਿਸ ਰੋਕੂਗੀ ਇਹੀ ਕਾਰਨ ਹੈ ਤੁਸੀਂ ਦੇਖਿਆ ਹੋਣਾ ਕਿ ਬੀਕੇ ਜੂ ਉਗਰਾਹਾਵਾਲਿਆਂ ਨੇ ਤਾਂ ਡੱਬਾ ਲਈ ਆਪਦੇ ਟੈਂਟ ਵੀ ਲਾ ਲਈ ਸੀ ਹਮ ਹਮ ਲੇਕਿਨ ਜਦੋਂ ਅੰਬਾਲੇ ਵਾਲਾ ਮੋਰਚਾ ਟੁੱਟ ਗਿਆ ਤੇ ਨਾਲ ਦੀ ਨਾਲ ਹੀ ਫਿਰ ਸ਼ੰਭੂ ਬਾਰਡਰ ਤੇ ਜਿਹੜੇ ਸਾਡੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਸ਼ੰਭੂ ਵਾਲਾ ਜਿਹੜਾ ਹੈਗਾ ਮੋਰਚਾ ਉਹ ਵੀ ਤੋੜਤਾ ਸੀ ਜੀ ਤੇ ਬਾਅਦ ਦੇ ਵਿੱਚ ਨੌਜਵਾਨਾਂ ਦੇ ਦਵਾ ਦੀ ਵਜ੍ਹਾ ਕਾਰਨ ਉਗਰਾਹਾ ਗਰੁੱਪ ਵਾਲਿਆਂ ਨੂੰ ਵੀ ਉਧਰ ਨੂੰ ਜਾਣਾ ਪਿਆ ਦੋਨਾਂ ਮੋਰਚਾ ਆਪਣਾ ਬਾਰਡਰਸ ਤੋਂ ਹਮ ਹਮ ਤੁਹਾਡਾ ਇਹ ਆਪਣਾ ਖਨੋਰੀ ਬਾਰਡਰ ਵੀ ਜੀ ਔਰ ਡਾਬਾੜੀ ਬਾਰਡਰ ਵੀ ਹੂੰ ਹੂੰ ਇਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਜੇ ਅੱਜ ਅੰਦੋਲਨ ਜਿੱਥੇ ਖੜੋਤਾ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਹਰਿਆਣਾ ਦੇ ਕਿਸਾਨਾਂ ਦੀ ਤੇ ਹਰਿਆਣਾ ਦੇ ਕਿਸਾਨਾਂ ਨੂੰ ਜੀ ਗੁਰਨਾਮ ਸਿੰਘ ਚੁਡੂਨੀ ਇਹਦਾ ਜਿਹੜਾ ਹੈਗਾ ਛੰਡਾ ਵਰਤਾਰ ਹੂੰ ਹੂੰ ਹੁਣ ਜਿਹੜਾ ਇੱਥੇ ਹੋਇਆ ਇੱਕ ਹੋਇਆ ਇਹ ਵੀ ਦੇਖਣ ਵਾਲੀ ਗੱਲ ਹੈ ਅਸੀਂ ਇਹ ਜਾਣਦੇ ਆ ਕਿ ਹਰਿਆਣੇ ਦੇ ਕਿਸਾਨ ਹਰਿਆਣੇ ਦੇ ਲੋਕ ਅੰਦੋਲਨਾਂ ਲਈ ਬੜੇ ਤਕੜੇ ਜੀ ਤੇ ਕਈ ਵਾਰੀ ਉਹ ਬੇਕਾਬੂ ਵੀ ਹੋ ਜਾਂਦੇ ਹੂੰ ਹੂੰ ਕਈ ਵਾਰੀ ਨਹੀਂ ਬਹੁਤੀ ਵਾਰੀ ਬੇਕਾਬੂ ਹੁੰਦੇ ਜੀ ਜਦੋਂ ਬੇਕਾਬੂ ਹੋ ਜਾਂਦੇ ਆ ਉਦੋਂ ਉਹ ਫਿਰ ਜਮਾਨ ਆਪਣੀ ਆਈ ਤੇ ਆ ਜਾਂਦੇ ਵੀ ਕਰੋ ਜਾਂ ਮਰੋ ਅਸੀਂ ਜਾਟਾਂ ਦੂਰ ਦੇ ਵਿੱਚ ਦੇਖੇ ਹੂੰ ਹੂੰ ਰਿਜ਼ਰਵੇਸ਼ਨ ਉਹ ਲੈ ਕੇ ਜਾਟਾਂ ਦੂਰ ਹੋਇਆ ਸੀ ਪਰ ਲੇਕਿਨ ਜੋ ਉਦੋਂ ਹੋਇਆ ਸੀ ਉਹ ਮਨੁਖਤ ਲਈ ਸ਼ਰਮਸਾਰ ਸੀ ਇਸ ਵਾਰੀ ਜੇ ਅਸੀਂ ਦੇਖੀ ਤਾਂ ਕੱਲ ਤੁਸੀਂ ਮਿਸਟਰ ਤਕੈਤ ਲਾਇਕ ਪਾਛੰਦਾ ਇੱਕ ਦੇਖੋ ਅੰਸ਼ ਜੀ ਉਹਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਸੀ ਹੂੰ ਪੰਜਾਬ ਹੈ ਜੀ ਪੰਜਾਬ ਇਸ ਅੰਦੋਲਨ ਦੀ ਅਗਵਾਈ ਕਰਦਾ ਸੀ ਕਰਦਾ ਹੈ ਤੇ ਕਰਦਾ ਰਹੇਗਾ ਹੂੰ ਹੂੰ ਇਹਦਾ ਮਤਲਬ ਕੀ ਹੈ ਹੂੰ ਕਿਉਂਕਿ ਇਹ ਗੱਲ ਪਹਿਲਾਂ ਵੀ ਕਿਸਾਨ ਮੋਰਚੇ ਦੀਆਂ ਮੀਟਿੰਗਾਂ 'ਚ ਵਿਚਾਰੀ ਗਈ ਸੀ ਜੀ ਕਿ ਹਰਿਆਣੇ ਦੇ ਨੌਜਵਾਨ ਨੇ ਜਿਹੜੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਉਤੇ ਜੀ ਬਹੁਤ ਜਲਦੀ ਹੋ ਜਾਂਦੀ ਹੂੰ ਹੂੰ ਕਿਤੇ ਇਹ ਨਾ ਹੋਵੇ ਕਿ ਆਪਣੇ ਪੀਸਫੁਲ ਮੋਰਚੇ ਨੂੰ ਠੇਸ ਪਾ ਜੀ ਜੀ ਉਸ ਤਰ੍ਹਾਂ ਹੋ ਲੈਣ ਉਹਨੂੰ ਕਾਬੂ 'ਚ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ ਵਾਲਿਆਂ ਨੂੰ ਵੀ ਉਨਾ ਹੀ ਹੈ ਪੰਜਾਬ ਪੰਜਾਬ ਵਾਲਿਆਂ ਨੂੰ ਵੀ ਉਨਾ ਹੀ ਹੈ ਲੇਕਿਨ ਹਰਿਆਣੇ ਵਾਲੇ ਕਿਉਂਕਿ ਜਿਹੜਾ ਸੀ ਨਾ जाट ਅੰਦੋਲਨ ਦਾ ਉਹਨਾਂ ਨੇ ਮਾਰ ਖਾਧੀ ਹੈ ਜੀ ਉੱਥੋਂ ਪਤਾ ਸੀ ਉਹਨਾਂ ਨੂੰ जाट ਅੰਦੋਲਨ ਵਾਲੀ ਜਿਹੜੀ ਗੱਲ ਦਾ ਪਤਾ ਸੀ ਔਰ ਕਈ ਸਾਰੇ ਸੱਜਣ ਤਾਂ ਇਸ ਗੱਲ ਕਰਕੇ ਬਲਵੀਰ ਸਿੰਘ ਰਾਜੀਵਾਲ ਨੂੰ ਕ੍ਰਿਟੀਸਾਈਜ਼ ਵੀ ਕਰਦੇ ਆ ਕਿ ਉਹਨਾਂ ਨੂੰ ਜਨਤਕ ਤੌਰ ਤੇ ਇਹ ਗੱਲ ਨਹੀਂ ਸੀ ਕਹਣੀ ਚਾਹੀਦੀ ਮੇਰਾ ਖਿਆਲ ਹੈ ਕੋਈ ਇਹਦੀ ਗੱਲ ਮਾੜੀ ਨਹੀਂ ਪਰ ਕੱਲ ਜਿਹੜਾ ਮਾਨ ਸਨਮਾਨ ਮਿਲਿਆ ਜੀ ਉਹਦੇ ਤੋਂ ਇਹ ਸਭ ਤੋਂ ਪਹਿਲੀ ਇਹ ਕਿ ਹਰਿਆਣੇ ਦੀ ਭੂਮਿਕਾ ਅਹਿਮ ਸੀ ਦੂਜੀ ਗੱਲ ਇਹ ਕਿ ਪੰਜਾਬ ਦੀ ਸਰਦਾਰੀ ਪਹਿਲਾਂ ਵੀ ਉਹਨਾਂ ਨੇ ਮੰਨੀ ਸੀ ਮੰਨੀ ਤੇ ਅੱਜ ਵੀ ਮੰਨੀ ਤੀਜੀ ਗੱਲ ਦਸਤਾਰ ਨੂੰ ਜਿਹੜਾ ਨੁਕਸਾਨ ਪਹੁੰਚਿਆ ਸੀ ਹੂੰ ਹੂੰ ਉਹ ਉਹਨਾਂ ਨੇ ਜਿਹੜਾ ਦਸਤਾਰ ਨੂੰ 26 ਜਨਵਰੀ ਨੂੰ ਨੁਕਸਾਨ ਪਹੁੰਚਿਆ ਸੀ ਜਿੱਥੇ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਨਾਲੇ ਸਾਬਤ ਕੀਤਾ ਗਿਆ ਕਿ ਇਹ ਜਿਹੜਾ ਹੈਗਾ ਜਿਹੜਾ ਆਪਣਾ ਨਿਸ਼ਾਨ ਨਿਸ਼ਾਨ ਸਾਹਿਬ ਕਿਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ ਸੀ ਹਾਂਜੀ ਉਹਦੀ ਆੜ ਦੇ ਵਿੱਚ ਅਤਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੀ ਆੜ ਦੇ ਵਿੱਚ ਅਤਵਾਦੀ ਵੱਖਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਪ੍ਰੈਜ਼ੀਡੈਂਟ ਆਫ ਇੰਡੀਆ ਹੂੰ ਹੂੰ ਨੇ ਪਾਰਲੀਮੈਂਟ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਜੀ ਆਪਣੇ ਜਿਹੜਾ ਭਾਸ਼ਣ ਦੇ ਵਿੱਚ ਤੇ ਬਾਅਦ ਵਿੱਚ ਮਨਕੀ ਬਾਤ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਵੀ ਇਹ ਗੱਲ ਕਹੀ ਹੂੰ ਹੂੰ ਹਰਿਆਣਾ ਵਾਲਿਆਂ ਨੇ ਜਿਹੜਾ ਉਹ ਦਾਗ ਸੀ ਉਹ ਤੋਂ ਤਾਂ ਜੀ ਕਿਉਂਕਿ ਜਿਹੜੇ ਬਲਬੀਰ ਸਿੰਘ ਰਾਜੀਵਾਲ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਸੀ ਉਹ ਤਾਂ ਕੱਲ ਉਹਨਾਂ ਨੇ ਉੱਤੇ ਬੁਲਾਇਆ ਉਹਨੂੰ ਹੂੰ ਹੂੰ ਔਰ ਉਹਨੇ ਵੀ ਕਹਿ ਲਈ ਹੈ ਕਿ ਪੱਗ ਦੀ ਇੱਜ਼ਤ ਰੱਖਤੀ ਤੁਸੀਂ ਹੂੰ ਹੂੰ ਸਭ ਤੋਂ ਵੱਡੀ ਗੱਲ ਤਾਂ ਇਹ ਜੇ ਆਪਾਂ ਕਰੀਏ ਉੱਥੇ ਭਾਸ਼ਣਾ ਦੀ ਗੱਲ ਹੂੰ ਤਾਂ ਭਾਸ਼ਣਾ ਦੇ ਮਾਮਲੇ ਦੇ ਵਿੱਚ ਟਕੈਤ ਸਾਹਿਬ ਦੇ ਭਾਸ਼ਣ ਦਾ ਜ਼ਿਕਰ ਕਰਾਂਗੇ ਹੂੰ ਹੂੰ ਟਕੈਤ ਸਾਹਿਬ ਦਾ ਭਾਸ਼ਣ ਜਿਹੜਾ ਹੈਗਾ ਬਹੁਤ ਡੂੰਗਾ ਹੈ ਹੂੰ ਉਹਨਾਂ ਨੇ ਕਿਹਾ ਕਿ ਕਿਸਾਨ ਹੁਣ ਆਇਆ ਹੈ ਸਿਰਫ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਹੂੰ ਹੂੰ ਕਿ ਉਹ ਕਿਸਾਨਾਂ ਦੀ ਮਰਜ਼ੀ ਤੋਂ ਵਗੈਰੇ ਕਾਨੂੰਨ ਲਿਆਂਦੇ ਗਏ ਹੂੰ ਹੂੰ ਇਹਨਾਂ ਨੂੰ ਕਾਨੂੰਨਾਂ ਨੂੰ ਲੈਂਦਾ ਬੜੇ ਪੁੱਠੇ ਢੰਗ ਨਾਲ ਜੀ ਕਿਉਂਕਿ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਜਾਵੇ ਵਾਰ-ਵਾਰ ਲੋਕ ਸਭਾ ਦੇ ਵਿੱਚ ਮੰਗ ਉੱਠੀ ਸੀ ਨਹੀਂ ਮੰਨੀ ਆ ਰਾਜ ਸਭਾ ਦੇ ਵਿੱਚ ਇਹ ਮੰਗ ਉੱਠੀ ਸੀ ਕਿ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਜਾਵੇ ਹੂੰ ਹੂੰ ਹੁਣ ਦਨਾਲੀਆ ਸਭ ਕਈ ਵਾਰੀ ਜਿਹੜੇ ਸਾਡੇ ਸੱਜਣ ਬਾਹਰ ਬੈਠੇ ਉਹਨਾਂ ਨੂੰ ਸਿਲੈਕਟ ਕਮੇਟੀ ਬਾਰੇ ਨਹੀਂ ਪਤਾ ਹੁੰਦਾ ਵੀ ਉਹ ਕੀ ਹੈ ਜੀ ਸਿਲੈਕਟ ਕਮੇਟੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਤੁਰੀ ਆਉਂਦੀ ਹੈ ਹੂੰ ਹੂੰ ਪਾਰਲੀਮੈਂਟ ਦੇ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹਨ ਉਹਨਾਂ ਪੋਲੀਟੀਕਲ ਪਾਰਟੀਆਂ ਦੀ ਸਟਰੈਂਥ ਦੇ ਮੁਤਾਬਕ ਉਹਨਾਂ ਦੇ ਨੁਮਾਇੰਦਿਆਂ ਦੇ ਆਧਾਰ 'ਤੇ ਇੱਕ ਬਣਾਈ ਜਾਂਦੀ ਹੈ ਸਿਲੈਕਟ ਕਮੇਟੀ ਜੀ ਕੋਈ ਵੀ ਕਾਨੂੰਨ ਕੋਈ ਵੀ ਬਿੱਲ ਜੇ ਤੋਂ ਪਾਰਲੀਮੈਂਟ ਚ ਲੈ ਕੇ ਆਉਣਾ ਉਹਦੇ ਤੇ એનર્ਜੀ ਵੇਸਟ ਨਾ ਹੋਵੇ ਜੀ ਉਹਦੀ ਜਿਹੜੀ ਹੈਗੀ ਗੁੰਦੋਸ਼ ਦੇ ਆਧਾਰ ਦੇ ਉੱਤੇ ਪੜਤਾਲ ਕਰ ਲਈ ਜਾਵੇ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿੰਦੇ ਸਿਲੈਕਟ ਕਮੇਟੀ ਵੀ ਮਿਨੀ ਪਾਰਲੀਮੈਂਟ ਹੁੰਦੀ ਹੈ ਹਮ ਹਮ ਉਹਦੇ ਵਿੱਚ ਸਾਰੀਆਂ ਧਿਰਾਂ ਨੂੰ ਬੁਲਾਅ ਚਲਾ ਕੇ ਸਾਰਾ ਕੁਝ ਉਹਨਾਂ ਦਾ ਪੱਖ ਲਿਆ ਜਾਂਦਾ ਹੈ ਤੇ ਫਿਰ ਉਹਦੇ ਵਿੱਚ ਜੇ ਕੋਈ ਸੋਧਾਂ ਵਗੈਰਾ ਕਰਨੀ ਹੁੰਦੀ ਹੈ ਉਹ ਕਰ ਦਿੰਦੇ ਆ ਕੁਝ ਐਡੀਸ਼ਨ ਕਰਨਾ ਹੋਵੇ ਤਾਂ ਉਹ ਕਰ ਦਿੰਦੇ ਉਹ ਕਰ ਦਿੰਦੇ ਤੇ ਬਾਅਦ ਚ ਪਾਰਲੀਮੈਂਟ ਜਾਂਦਾ ਹੂੰ ਹੂੰ ਇਹਦਾ ਮਤਲਬ ਇਹ ਨਹੀਂ ਕਿ ਜੇ ਪਾਰਲੀਮੈਂਟ ਜਾਂਦਾ ਰਿਹਾ ਤੇ ਉਹਨੂੰ ਫਿਰ ਉਵੇਂ ਦੀ ਉਵੇਂ ਹੀ ਪਾਸ ਕਰ ਲਿਆਜੂ ਜੀ ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਸਿਆਣੇ ਬੰਦੇ ਬੈਠੇ ਹੂੰ ਜੇ ਉਹਨਾਂ ਨੂੰ ਕਮੀਆਂ ਪੇਸ਼ੀਆਂ ਲੱਗਦੀਆਂ ਤਾਂ ਉਹ ਉਹਦੇ ਤੇ ਵਹਿਸ ਕਰਦੇ ਹੂੰ ਹੂੰ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਐਮੈਂਡਮੈਂਟਸ ਵੀ ਆ ਜਾਂਦੇ ਨੇ ਜੀ ਕਿ ਇਹਨੂੰ ਐ ਕਰ ਲਓ ਤੇ ਐ ਕਰ ਲਓ ਉਹ ਗੱਲ ਹੁੰਦੀ ਹੈ ਇੱਥੇ ਜਿਹੜੀ ਹੈਗੀ ਇਹ ਮਾਮਲਾ ਸਿਲੈਕਟ ਕਮੇਟੀ ਦੇ ਹਵਾਲੇ ਨਹੀਂ ਕੀਤਾ ਗਿਆ ਅਸੀਂ ਅਸੀਂ ਪਹਿਲਾਂ ਹੀ ਰਾਜ ਸਭਾ ਦੇ ਵਿੱਚੋਂ ਇਸ ਬਿੱਲ ਨੂੰ ਪਾਸ ਕਰਵਾਇਆ ਗਿਆ ਉਹ ਵੀ ਤਰਕਸਕਤਰੀ ਹੈ ਹੂੰ ਹੂੰ ਉਹ ਹਰੀਵansh ਜੀ ਨੂੰ ਬਹਾਤਾ ਕੇ ਜੀ ਸੀਟ ਇਹ ਰਜੇ ਕਰਨਗੇ ਹੂੰ ਬਸ ਹਰੀਵansh ਜੀ ਨੇ ਮਤਲਬ ਜਿਹੜੀ ਹਰੀ ਪਾਗੀ ਰੋਲਤੀ ਰੋਲਤੀ ਬਿਲਕੁਲ ਠੀਕ ਹੈ ਨਾ ਉਹਨਾਂ ਨੇ ਮਤਲਬ ਜਿਹੜੀ ਡਿਵੀਜ਼ਨ ਆਫ ਵੋਟਿੰਗ ਉਸ ਕਰਵਾਈ ਨਹੀਂ ਹੂੰ ਹੂੰ ਤੇ ਜਦੋਂ ਕੁਝ ਲੋਕਾਂ ਨੇ ਜਾ ਕੇ ਮਹਾਤਮਾ ਗਾਂਧੀ ਦੇ ਬੁੱਤ ਕੋਲੇ ਅੰਦਰ ਬਹਿ ਗਏ ਹਮ ਹੜਤਾਲ ਤੇ ਧਰਨੇ ਤੇ ਬਹਿ ਗਏ ਤੇ ਅਗਲੇ ਦਿਨ 14 ਡਾਲਰ ਲੈ ਕੇ ਉਥੇ ਪਹੁੰਚ ਗਏ ਕਿ ਲੋ ਜੀ ਤੁਸੀਂ ਚਾਹ ਪੀ ਰਹੇ ਹੋ ਔਰ ਉਹਨੇ ਇੱਕ ਪਾਰਲੀਮੈਂਟ ਦੇ ਮੈਂਬਰ ਮੈਂਬਰ ਸਹਬਾਨ ਸੀ ਉਹਨੇ ਕਹਤਾ ਜੀ ਆਪ ਦੇ ਘਰ ਨੂੰ ਜਾਓ ਅਸੀਂ ਤੁਹਾਡੀ ਲੈਣੀ ਔਰ ਆਪਣੀ ਚਾਹ ਨਹੀਂ ਲੈਣੀ ਸੀ ਤੁਸੀਂ ਬਾਅਦ ਦੇ ਵਿੱਚ ਦੇਖੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨੂੰ ਐਪਰੀਸ਼ੀਏਟ ਕੀਤਾ ਸੀ ਜੀ ਕਿ ਰਾਜ ਸਭਾ ਦੀ ਜਿਹੜੀ ਜਿਸ ਬੰਦੇ ਨੇ ਚੇਅਰ ਕੀਤਾ ਸੀ ਰਾਜ ਸਭਾ ਉਹਨੇ ਬਹੁਤ ਵਧੀਆ ਗੱਲ ਕੀਤੀ ਉਹਨਾਂ ਵਾਸਤੇ ਪਾਣੀ ਧੜੀ ਲੈ ਕੇ ਗਿਆ ਚਾਹ ਵਗੈਰਾ ਲੈ ਕੇ ਗਿਆ ਪਰ ਉਹਨਾਂ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ ਇਸ ਕਰਕੇ ਜਿਹੜਾ ਤਰੀਕਾ ਕਰ ਅਪਣਾਇਆ ਸੀ ਉਹ ਗਲਤ ਸੀ ਹੂੰ ਹੂੰ ਕਿਸਾਨੀ ਕਹਿੰਦੇ ਸਾਨੂੰ ਨਾ ਸਾਨੂੰ ਪੁੱਛਿਆ ਗਿਆ ਸਾਡੇ ਲਈ ਕਾਨੂੰਨ ਬਣਾਇਆ ਗਿਆ ਨਾ ਜਿਹੜਾ ਠੀਕ ਤਰੀਕਾ ਕਰ ਅਡਾਪਟ ਕੀਤਾ ਗਿਆ ਇਸ ਲਈ ਸਾਨੂੰ ਇਹ ਕਾਨੂੰਨ ਪਰਵਾਨ ਨਹੀਂ ਹੁੰਜੂਰ ਨਹੀਂ ਇਹ ਕਾਨੂੰਨ ਵਾਪਸ ਲਓ ਇਹਦੇ ਤੇ ਅੰਦੋਲਨ ਚੱਲ ਰਿਹਾ ਹੂੰ ਹੂੰ ਅੰਦੋਲਨ ਨੂੰ ਪੁੱਛ ਕੋਈ ਨਹੀਂ ਰਿਹਾ ਅੰਦੋਲਨ ਨੂੰ ਖਦੇੜਨ ਵਾਸਤੇ ਬੜੀਆਂ ਸਾਜ਼ਿਸ਼ਾਂ ਰਚੀਆਂ ਹੂੰ ਹੂੰ 26 ਜਨਵਰੀ ਵਾਲੀ ਆਪਾਂ ਗੱਲ ਕਰ ਲਈ ਹਾਂ ਹਾਂ ਉਸ ਤੋਂ ਬਾਅਦ ਫਿਰ 28 ਜਨਵਰੀ ਨੂੰ ਟੇਲੋ ਸਾਹਿਬ ਜੀ ਇਜ਼ਾਜ਼ਤ ਹੋਵੇ ਥੋੜਾ ਜਿਹਾ ਵਿੱਚੋਂ ਮੈਂ ਟੋਕ ਗੱਲ ਕਰ ਲਾਂ ਬਿਲਕੁਲ ਜਦੋਂ 26 ਨਵੰਬਰ ਨੂੰ ਉੱਥੇ ਸੰਘਰਸ਼ ਪਹੁੰਚਦਾ ਜੀ 27 ਨੂੰ ਮੇਰੀ ਮੁਲਾਕਾਤ ਹੁੰਦੀ ਇੱਕ ਪ੍ਰੋਫੈਸਰ ਨਾਲ ਜੀਦਾ ਪਿੰਡ ਬਾਦਰਗੜ ਤੋਂ ਸਿਰਫ 4 ਕਿਲੋਮੀਟਰ ਦੂਰ ਤੇ ਜੀ ਉਹ ਕਹਿੰਦਾ ਭਾਈ ਸਾਹਿਬ ਜਦੋਂ ਪਹਿਲਾਂ ਤੋਂ ਬੋਲ ਹਟਿਆ ਆਪਦੀ ਜੋ ਇੰਟਰਵਿਊ ਨਹੀਂ ਕਰਕੇ ਕਹਿੰਦਾ ਜੇ ਸਮਾਂ ਲੱਗਿਆ ਤਾਂ ਆਪਾਂ ਆਰਾਮ ਨਾਲ ਗੱਲ ਕਰਾਂਗੇ ਜੀ ਮੈਂ ਉਹਦੇ ਪਿੰਡ ਚਲਾ ਗਿਆ ਮੈਂ ਰਾਮ ਹੁਰੇ ਨੂੰ ਛੱਡਦਾ ਹੂੰ ਕਹਿੰਦੇ ਜੀ ਇੱਕ ਗੱਲ ਦਾ ਧਿਆਨ ਰੱਖਿਓ ਹੂੰ ਕਹਿੰਦਾ ਸਾਨੂੰ ਬਲਾਤਕਾਰੀ ਬਣਾ ਕੇ ਕੱਢਦਾ ਤੇ ਤੁਹਾਨੂੰ ਬਣਾਉਣਗੇ ਅਤਵਾਦੀ ਠੀਕ ਹੈ ਤੁਸੀਂ ਅਲਰਟ ਹੋ ਜੋ ਆਰਐਸਐਸ ਦੀ ਭਾਈ ਸਾਹਿਬ ਉਹ ਬੰਦੇ ਨੇ ਇੱਕ ਇੱਕ ਗੱਲ ਇੱਕ ਇੱਕ ਮੋਹਰਾ ਦੱਸਦਾ ਸੀ ਜੀ ਤੇ ਮੈਂ ਉਸੇ ਦਿਨ ਆਪਣੇ ਰੇਡੀਓ ਤੋਂ ਵੀ ਉੱਥੇ ਵੀ ਕਰਲਾਉਣਾ ਸ਼ੁਰੂ ਕਰਤਾ ਸੀ ਮੁੰਡਿਆਂ ਨੂੰ ਵੀ ਕਿਹਾ ਸੀਗਾ ਕਹਿੰਦਾ ਠੀਕ ਹੈ ਨੌਜਵਾਨ ਸਪੀਕਰ ਲਾਈ ਚੱਲਣ ਸਾਡੇ ਵੀ ਮੁੰਡੇ ਕਰੀ ਜਾਂਦੇ ਆ ਭੰਗੜਾ ਪਾਉਂਦੇ ਆ ਬਹੁਤ ਦਿਲ ਦੀ ਖੁਸ਼ੀ ਹੁੰਦੀ ਹੈ ਪਰ ਕਹਿੰਦਾ ਬਚਿਓ ਕਹਿੰਦਾ ਅਤਵੱਦੀ ਬਣ ਕੇ ਨਾ ਨਿਕਲ ਜਿਓ ਤੇ ਅਸੀਂ ਉਹ ਜਾਗਰ ਕਰਨ ਲੱਗ ਪਏ ਸੀ ਹਰਿਆਣੇ ਨੂੰ ਪਤਾ ਸੀ ਕਿਉਂਕਿ ਇਹਨੇ ਤਾਜੀ ਘੁੱਟ ਖਾਧੀ ਸੀ ਉਹ ਕਹਿੰਦੇ ਦੇਖੋ ਸਾਡੇ ਢਿੱਡ ਦੇ ਵਿੱਚ ਜਦੋਂ ਮੈਂ ਰੁਤਕ ਬਾਈਪਾਸ ਤੋਂ ਵਾਪਸ ਆ ਰਿਹਾ ਸੀ ਤੇ ਨੌਜਵਾਨ ਮੁੰਡੇ ਕੇਲਿਆਂ ਦੀ ਇੱਕ ਕਾਰ ਭਰ ਕੇ ਲਏ ਜੀ ਉੱਥੋਂ ਦੇ ਮੈਡੀਕਲ ਕਾਲਜ ਦੇ ਸਟੂਡੈਂਟ ਹਾਂਜੀ ਮੈਂ ਕਿਹਾ ਜੀ ਤੁਹਾਨੂੰ ਕੀ ਲੱਗਿਆ ਕਹਿੰਦੇ ਭਾਈ ਸਾਹਿਬ ਸ਼ੁਕਰ ਹੈ ਹੂੰ ਕੋਈ ਤਾਂ ਉੱਠਿਆ ਹੂੰ ਡਾਕਟਰ ਸੀ ਕਹਿੰਦਾ ਜੀ ਸਾਡੇ ਤਾਂ ਇੰਨਾ ਕੁ ਡਰ ਪੈ ਗਿਆ ਪੁਲਿਸ ਦੀ ਕੁੱਟ ਦਾ ਹੂੰ ਕਹਿੰਦੇ ਅਸੀਂ ਮੂੰਹ ਨਹੀਂ ਕਰਦੇ ਸੰਘਰਸ਼ ਕਰਨੀ ਹੂੰ ਕਹਿੰਦੇ ਸਾਨੂੰ ਇੰਨਾ ਕੁ ਕੁੱਟਿਆ ਕਹਿੰਦਾ ਹੁਣ ਤੁਹਾਡੇ ਹੌਸਲੇ ਤੇ ਅਸੀਂ ਜਿਉਂਦੇ ਹੋਗੇ ਬਿਲਕੁਲ ਸੋ ਚੀਜ਼ ਬੜੀ ਸੀ ਕਿਉਂਕਿ ਸਾਡੇ ਮੁੰਡਿਆਂ ਨੇ ਉਹ ਚੀਜ਼ ਨਹੀਂ ਦੇਖੀ ਪਰ ਆਪਾਂ ਉਹ ਚੀਜ਼ਾਂ ਦੇਖੀਆਂ ਸੀ ਆਪਾਂ ਅਲਰਟ ਕਰਦੇ ਰਹੇ ਹਰਿਆਣੇ ਵਾਲਿਆਂ ਨੇ ਗੱਲ ਕਹੀ ਅਸੀਂ ਕਹਿ ਦਿੰਦਾ ਵੀ ਸੰਭਲ ਜੋ ਸੰਭਲਾਉਂਦੇ ਰਹੇ ਹਾਲਾਤ ਵੀ ਦੱਸਦੇ ਰਹੇ ਸੋ ਇਹ ਸਪਸ਼ਟ ਸੀਗਾ ਕਿ ਬੀਜੇਪੀ ਕਨੌਣੀ ਤੋਂ ਕਨੌਣੀ ਹਰਕਤ ਕਰੂਗੀ ਕੀਤੀ ਹੈ ਤੇ ਅੱਗੇ ਵੀ ਕਰੂਗੀ ਅੱਜ ਵੀ ਕਈ ਫੋਨ ਆਏ ਵੀ ਅੱਗੇ ਕੀ ਹੋ ਸਕਦਾ ਮੈਂ ਕਿਹਾ ਅੱਗੇ ਵੀ ਬੜਾ ਕੁਝ ਕਰੂਗੀ ਹਜੇ ਤਾਂ ਇੰਟਰਨੈਸ਼ਨਲ ਪ੍ਰੈਸ਼ਰ ਬਣਿਆ ਤੇ ਉਹ ਉੱਥੋਂ ਮੇਖਾਂ ਦੀਆਂ ਪੱਟਣ ਲੱਗ ਪਈ ਨਹੀਂ ਤਾਂ ਪਤਾ ਨਹੀਂ ਹਰੇ ਕੀ ਕੁਝ ਕਰੂਗੀ ਦੇਖੋ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਬਣ ਤੋਂ ਪਹਿਲਾਂ ਆਪਾਂ ਗੱਲ ਹੀ ਕਰ ਲਈਏ ਜੀ ਇਹ ਜਿਹੜੀ ਚੁਣੌਤੀ ਸਾਡੇ ਸਾਹਮਣੇ ਸੀ ਅਸੀਂ ਇਹਦੀ ਚੇਤਾਵਨੀ ਵਾਰ-ਵਾਰ ਸਾਡੇ ਪਲੇਟਫਾਰਮ ਤੋਂ ਦਿੰਦੇ ਰਹੇ ਬਿਲਕੁਲ ਦਿੰਦੇ ਰਹੇ ਅਸੀਂ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਆ ਕੁਝ ਹੋਊਗਾ ਹੂੰ ਜੇ ਤਾਂ ਅਸੀਂ ਅੱਜ ਇਹ ਗੱਲਾਂ ਕਹੀਏ ਜੀ ਕੋਈ ਬਹੁਤ ਸਾਰੇ ਲੋਕਾਂ ਨੇ ਮੈਨੂੰ ਅਲੰਭੇ ਦਿੱਤੇ ਮੈਨੂੰ ਤਾਂ ਖਰ ਧਮਕੀਆਂ ਵੀ ਆ ਗਿਆ ਕਰ ਮੇਰਾ ਨਾਮ ਮਤਲਬ ਪ੍ਰਾਪਰ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਤਿੰਨ ਬੰਦੇ ਜਿਹੜੇ ਖਤਮ ਕਰਨਗੇ ਜੀ ਉਹਦੇ ਵਿੱਚ ਆਪਣਾ ਵੀ ਨਾ ਹੈਗਾ ਠੀਕ ਹੈ ਜੀ ਤੇ ਇਹ ਗੱਲ ਉਹ ਗੱਲ ਕਈ ਕਹਿੰਦੇ ਐਫ ਆਈ ਆਰ ਤਾਂ ਚੱਲਦਾ ਫਿਰ ਬਾਅਦ ਚ ਹੀ ਨਿਵੇੜ ਲਾਂਗੇ ਕੱਟੀ ਕੰਮ ਕਰਾਂਗੇ ਇਕੱਠਾ ਕੰਮ ਕਰਾਂਗੇ ਚਲੋ ਵੈਲਕਮ ਕੋਈ ਗੱਲ ਨਹੀਂ ਵੈਲਕਮ ਵੈਲਕਮ ਮੈਨੂੰ ਬਹੁਤ سارے ਲੋਕ ਕਹਿੰਦੇ ਤੂੰ ਇਹ ਗੱਲ ਕਿਉਂ ਕੀਤੀ ਇਹ ਦਾਨੇ ਵਾਲਿਆਂ ਸਾਫ ਸਾਡੇ ਦਰਸ਼ਕ ਇਸ ਗੱਲ ਦੇ ਗਵਾਹ ਕਿ ਮੈਂ ਬਾਰ ਬਾਰ ਕਹਿ ਰਿਹਾ ਸੀ ਕਿ ਮੂੰਹ ਨਾ ਖੁਲਵਾਇਆ ਜਾਵੇ ਮੂੰਹ ਬਿਲਕੁਲ ਆਪਾਂ ਕਿਹਾ ਮੂੰਹ ਨਾ ਖੁਲਵਾਇਆ ਜਾਵੇ ਸਾਨੂੰ ਮੂੰਹ ਨਾ ਖੁਲਵਾਇਆ ਜਾਵੇ ਸਾਨੂੰ ਪਿਸ਼ੋਕੜ ਦਾ ਬੜਾ ਪਤਾ ਹੈ ਹਾਂ ਇਹ ਨਾ ਮਜਬੂਰ ਹੋਣਾ ਪੈ ਜੀ ਸਾਨੂੰ ਕਿ ਅਸੀਂ ਵਾਰ-ਵਾਰ ਇਹ ਵੀ ਕਹਿੰਦੇ ਰਹੇ ਹਾਂ ਕਿ ਜੇ ਪਿਓ ਨੇ ਕੋਈ ਗੁਨਾਹ ਕੀਤਾ ਹੋਵੇ ਉਹਦੀ ਸਜ਼ਾ ਪੁੱਤ ਨੂੰ ਨਹੀਂ ਮਿਲਣੀ ਜੀ ਜੇ ਪੁੱਤ ਨੇ ਕੀਤਾ ਤਾਂ ਪਰ ਉਹਨੂੰ ਨਹੀਂ ਮਿਲਣੀ ਤੇ ਉਹਨੂੰ ਨਹੀਂ ਮਿਲਣੀ ਚਾਹੀਦੀ ਅਸੀਂ ਇਹ ਗੱਲ ਕਹਿੰਦੇ ਰਹੇ ਸੀ ਪਰ ਜੋੜ ਸਾਨੂੰ ਇਹ ਪਤਾ ਸੀ ਇਸ ਗੱਲ ਦਾ ਕਿ ਗੱਲ ਹੋਣੀ ਹੈ ਇਹ ਹੋਊਗੀ ਔਰ ਉਹ ਜਦੋਂ ਗੱਲ ਹੋ ਗਈ ਤੇ ਫਿਰ ਸਾਨੂੰ ਬੋਲਣਾ ਵੀ ਪਿਆ ਕਿਉਂਕਿ ਦੋਹਾਂ ਨੇ ਇੱਕੋ ਕੰਮ ਕਰਤਾ ਹਾਂ ਬੋਲਣਾ ਪਿਆ ਤੇ ਬੋਲਣ ਤੋਂ ਬਾਅਦ ਜੀ ਬੜਾ ਹੋ ਹੱਲਾ ਕੀਤਾ ਹੁਣ ਬਹੁਤ ਸਾਰੇ ਨੌਜਵਾਨ ਮੁੰਡੇ ਬੱਚੇ ਉਹਨਾਂ ਨੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਸਤਿਕਾਰ ਕਰਦੇ ਹਾਂ ਉਹਨਾਂ ਨੇ ਉਹ ਦਿਨ ਹੰਡਾ 83 ਤੋਂ ਲੈ ਕੇ 94 ਤੱਕ ਪੰਜਾਬ ਦੇ ਵਿੱਚ ਕੀ ਨਹੀਂ ਹੋਇਆ ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਉਹਨਾਂ ਹਾਲਾਤਾਂ ਚ ਜਾਂ ਉਸ ਕਿਸਮ ਦੀਆਂ ਜਿਹੜੀਆਂ ਮੰਗਾਂ ਸੀ ਉਹਦੇ ਹੱਕ ਚ ਖੜਾ ਨਹੀਂ ਖੜਾ ਆ ਜਿਹੜਾ ਐਡਾ ਵੱਡਾ ਲੱਖਾਂ ਦਾ ਅੰਦੋਲਨ ਹੈ ਇਸ ਲੱਖਾਂ ਦੇ ਅੰਦੋਲਨ ਨੂੰ ਇਹ ਗੱਲ ਕਿਹਾ ਗਿਆ ਜੀ ਇਹ ਸੰਘਤੀ ਅੰਦੋਲਨ ਹੈ ਉਹਨਾਂ ਨਾਲ ਗੱਲ ਤਾਂ ਕਰਕੇ ਦੇਖੋ ਤਾਂ ਕਹਿੰਦੇ ਨਰੋਲ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਹੈ ਸاسي ਕਿਸਾਨਾਂ ਦੀਆਂ ਮੰਗਾਂ ਵਾਸਤੇ ਆਏ ਤੁਸੀਂ ਉਹਦੇ ਵਿੱਚੋਂ ਖੁਦ ਮੁਖਤਿਆਰੀ ਕੱਢਦੇ ਹੋ ਤੁਸੀਂ ਉਹਦੇ ਵਿੱਚੋਂ ਹੋਣ ਦਾ ਸਵਾਲ ਬਣਾ ਕੇ ਹਾਈਜੈਕ ਨਾ ਕਰੋ ਤੁਹਾਡੇ ਚ ਪਹੁੰਚ ਹੈਗੀ ਹੈ ਤੁਹਾਡੇ ਚ ਹਿੰਮਤ ਹੈਗੀ ਹੈ ਤੇ ਤੁਸੀਂ ਆਪਣਾ ਅਡ ਪਲੇਟਫਾਰਮ ਬਣਾਓ ਨਾਲੇ ਪਲੇਟਫਾਰਮ ਬਣਾਓ ਟਿੱਲੋ ਸਾਹਿਬ ਮੈਂ ਕਈ ਵੀਰਾਂ ਨੂੰ ਕਹਿੰਨਾ ਮਾਫੀ ਸਹਿਤ ਮੈਂ ਗੱਲ ਕਹਿਣ ਲੱਗਿਆ ਕੈਨੇਡਾ ਸਾਡੇ ਲਈ ਕਿੰਦਾ ਸੁਖਾਵਾਂ ਦੇਸ਼ ਠੀਕ ਹੈ ਜੀ ਉੱਥੇ ਦੇਖੋ ਕਿ ਜਿਹੜੇ ਬੰਦੇ ਕੁਰਲਾਈ ਜਾਂਦੇ ਆ ਰੋਈ ਜਾਂਦੇ ਆ ਕੀ ਉੱਥੇ ਸਾਡੇ ਗਏ ਸਿੱਖ ਬੱਚਿਆਂ ਦੀ ਉਹਨਾਂ ਨੇ ਬਾਹ ਫੜੀ ਉਹਨਾਂ ਨੂੰ ਕੋਈ ਸਟੂਡੈਂਟ ਕੋਈ ਵਕਵਾਦੀ ਕੋਈ ਰਿਫਿਊਜੀ ਕੋਈ ਕੋਸ਼ ਕਹਿ ਰਿਹਾ ਜਦੋਂ ਆਪ ਉਹ ਇਸ ਗੱਲ ਚ ਪੱਕੇ ਹੋਗੇ ਮੁੜ ਕੇ ਆਪਣੇ ਬੱਚਿਆਂ ਮਗਰ ਪੈਗੀ ਮੈਂ ਤੁਹਾਡੀ ਗੱਲ ਚ ਹੋਰ ਵਾਦਾ ਕਰਦਾ ਹਾਂ ਰਮਚੇਤਾ ਸਿੱਖਾਂ ਦੇ 트੍ਰੰਪ ਬਾਰੇ ਦੁਨੀਆ ਚ ਕੌਣ ਨਹੀਂ ਜਾਣਦਾ ਹਾਂ ਕਿ ਅਖੀਰ ਨੂੰ 트੍ਰੰਪ ਨੇ ਭਾਰਤੀ ਲੋਕਾਂ ਦੀ ਜਿਹੜੀ ਹੈਗੀ ਚੂੜੀ ਕੱਸੀ ਜੀ ਜਦੋਂ ਬੀਜੇ ਦੇ ਮਾਮਲੇ ਤੇ ਆਏ ਸੀ 트੍ਰੰਪ ਨੂੰ ਵੋਟਾਂ ਪਾਉਣ ਤੇ 트੍ਰੰਪ ਨੂੰ ਜਿਤਾਉਣ ਦੇ ਵਿੱਚ ਪਹਿਲਾਂ ਵੀ ਸਾਡੇ ਭਾਈਚਾਰੇ ਦਾ ਪੂਰਾ ਯੋਗਦਾਨ ਸੀ ਜੀ ਇਸ ਇਲੈਕਸ਼ਨ ਤੋਂ ਪਹਿਲਾਂ ਵੀ ਇੱਕ ਹਿੱਸੇ ਨੇ 트੍ਰੰਪ ਦੀ ਪੂਰੀ ਵਕਾਲਤ ਕੀਤੀ ਜੀ ਉਸ 트੍ਰੰਪ ਦੀ ਵਕਾਲਤ ਕੀਤੀ ਜਿਸ 트੍ਰੰਪ ਨੇ ਉੱਤੇ ਇੱਕ ਪ੍ਰੋਗਰਾਮ ਅਜੋਜਿਤ ਕਰਾਇਆ ਹਾਊਡੀ ਮੋਦੀ ਹਾਊਡੀ ਮੋਦੀ ਉਹਦੇ ਵਿੱਚ ਆਪ ਕੀ ਬਾਤ 트ੰਪ ਸਰਕਾਰ ਨਾਰਾ ਲਗਿਆ ਹੁਣ ਮੈਨੂੰ ਇੱਕ ਗੱਲ ਸਮਝਾ ਦਿਓ ਜੀ ਇਹ ਮੇਰਾ ਸਵਾਲ ਹੈ ਮੈਨੂੰ ਇੱਕ ਗੱਲ ਸਮਝਾ ਦਿਓ ਕਿ ਜਿਹਨੂੰ ਨਰਿੰਦਰ ਮੋਦੀ ਐਪਰੀਸ਼ੀਏਟ ਕਰਦਾ ਹੈ ਹਾਂ ਉਹਨੂੰ ਸਾਡੇ ਸੱਜਣ ਵੀ ਐਪਰੀਸ਼ੀਏਟ ਕਰਦੇ ਐਪਰੀਸ਼ੀਏਟ ਕਰਦੇ ਜੇ 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 트ੰਪ ਇਥੇ ਇੰਡੀਆ ਦੇ ਵਿੱਚ ਆਇਆ ਹਮ ਇੰਡੀਆ 'ਚ ਜਦੋਂ 트ੰਪ ਆਇਆ ਉਦੋਂ ਘਟ ਗਿਣਤੀਆਂ ਦੇ ਉੱਤੇ ਹਮਲੇ ਹੋ ਰਹੇ ਸੀ ਜੀ ਕਪਲ ਮਿਸ਼ਰਾ ਨੇ ਸਾਫ਼ ਕਹਿ ਦਿੱਤਾ ਸੀ ਕਿ ਜਿੰਨੀ ਦੇਰ 트ੰਪ ਆ ਸੀ ਬੋਲਦੇ ਸੀ ਬੋਲਦੇ ਨਹੀਂ ਮੁੜ ਕੇ ਦੱਸਾਂਗੇ ਉਦੋਂ ਬਾਅਦ ਅਸੀਂ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਵਾਲਿਆਂ ਨਾਲ ਨੂੰ ਦਖਾਵਾ ਕਰ ਰੰਗ ਤੇ ਇਹ ਕੰਮ ਅਸੀਂ ਆਪਣਾ ਕਰਾਂਗੇ 트럼ਪ ਬੋਲਿਆ ਨਹੀਂ ਜੀ ਕਸ਼ਮੀਰ ਦੇ ਵਿੱਚ ਕਿੰਨਾ ਕੁਛ ਹੋਇਆ 트럼ਪ ਬੋਲਿਆ ਨਹੀਂ ਤਾਰਾ 370 ਖਤਮ ਕੀ ਉਹ ਘੱਟ ਗਿਣਤੀ ਦੀ ਕੋ ਘੱਟ ਗਿਣਤੀ ਸਾਡੇ ਨਾਲੋਂ ਵੱਡੀ ਘੱਟ ਗਿਣਤੀ ਆ ਉਹ ਹਾਂ ਹਾਂ ਕਸ਼ਮੀਰ ਦਿੱਲੀ ਦੇ ਵਿੱਚ ਉਹਨਾਂ ਨਾਲ ਕੀ ਹੋਇਆ ਜੀ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਂਝ ਹੈ ਹੂੰ ਉਹਨਾਂ ਤੋਂ ਸਾਂਝਾ ਤੂੰ ਕੀ ਲੱਗਦਾ ਹੁਣ ਮੈਂ ਇੱਕ ਮੁੰਡੇ ਨੂੰ ਪੁੱਛਿਆ ਮੇਰੇ ਵੀ ਮਿਲਣ ਵਾਲਾ ਸੀ ਅਮਰੀਕਾ ਚ ਜੀ ਜਦੋਂ 트럼ਪ ਨੂੰ ਵੋਟਾਂ ਪਾ ਰਹੇ ਸੀ ਅੰਕਲ ਜੀ ਕਹਿੰਦਾ ਅਸੀਂ ਪਾਵਾਂਗੇ 트럼ਪ ਜਿੰਨਾ ਜ਼ਰੂਰੀ ਹੈ ਮੈਂ ਕਿਉਂ ਕਹਿੰਦਾ ਟਰੰਪ ਕਹਿੰਦਾ ਕਿ ਜਿਹੜੇ ਪੱਕੇ ਵਸਨੀਕ ਨੇ ਜਿਹੜੇ ਇੱਥੋਂ ਦੇ ਲੋਕ ਆ ਕਾਰੋਬਾਰ ਉਹਨਾਂ ਨੂੰ ਮਿਲੇ ਦੂਜਿਆਂ ਨੂੰ ਨਹੀਂ ਸਾਡਾ ਪਹਾੜਾ ਬਾਜੂ ਸਾਡੀ ਲੇਬਰ ਦਾ ਰੇਟ ਬਾਜੂ ਮੈਂ ਇਹਨੂੰ ਕਿਹਾ ਯਾਰ ਕਿਸੇ ਵੇਲੇ ਤੂੰ ਵੀ ਰਿਫਿਜੀ ਬਣ ਤੂੰ ਵੀ ਰਿਫਿਜੀ ਬਣ ਕੇ ਆਇਆ ਸੀ ਤੂੰ ਆਪਣੇ ਤੇ ਲਾ ਕੇ ਦੇਖੇ ਗੱਲ ਅਸੀਂ ਇੰਨੇ ਖੁਦਗਰਜ਼ ਹੋ ਗਏ ਹੂੰ ਕਿ ਅਸੀਂ ਆਪਣੇ ਨੂੰ ਛੱਡ ਦਈਏ ਜਿਹੜੇ ਉੱਥੇ ਜਾਂਦੇ ਉਹਨਾਂ ਨੂੰ ਛੱਡ ਦਈਏ ਤੇ ਇੱਥੋਂ ਵਾਲਿਆਂ ਦੇ ਬਾਰੇ ਅਸੀਂ ਅੱਖੀਏ ਫਿਕਰਮੰਦ ਹੋ ਕੇ ਜੀ ਸਾਨੂੰ ਆਦੇਸ਼ ਚਾਹੀਦੇ ਜੀ ਮੰਗੋ ਦੇ ਸ਼ਰੂਰ ਮੰਗਵਾਓ ਜਰੂਰ ਮੰਗਵਾਓ ਐਸੀ ਜਵਾਬ ਨਹੀਂ ਦਿੰਦੇ ਸਾਡਾ ਕਨਸਟੀਟਿਊਸ਼ਨ ਅਲਾਉ ਕਰਦਾ ਹੈ ਅਲਾਉ ਕਰਦਾ ਹੈ ਕਿ ਪੂਰਾ ਮੰਨ ਲੈ ਕੇ ਤੁਸੀਂ ਸੰਘਰਸ਼ ਕਰ ਸਕਦੇ ਹੋ ਪਰ ਨਾਲ ਯੂਪੀ ਵਾਲੇ ਬੈਠੇ ਆਂ ਬਾਰੇ ਵੀ ਸੋਚ ਲਓ ਰਾਜਸਥਾਨ ਵਾਲੇ ਬਾਰੇ ਵੀ ਸੋਚ ਲਓ ਬੰਬੇ ਤੇ ਕਲਕੱਤੇ ਇੰਡਸਟਰੀਅਲਿਸਟ ਬੈਤੇ ਉਹਨਾਂ ਬਾਰੇ ਵੀ ਸੋਚੋ ਨਾਲੇ ਵਾਲੀਆ ਸਾਹਿਬ ਜੀ ਸਿੰਗੂ ਬਾਰਡਰ ਤੋਂ ਟਰਾਂਸਫਰ ਹੋ ਕੇ ਗਾਜੀਪੁਰ ਨਾ ਜਾਂਦਾ ਕੇਂਦਰ ਗਾਜੀਪੁਰ ਬਣਿਆ ਜੀ ਇਹ ਕਿਉਂ ਬਣਿਆ ਇਸ ਸਾਡੀਆਂ ਬੇਵਕੂਫੀਆਂ ਕਰਕੇ ਬਣੀ ਤੇ ਗਾਜੀਪੁਰ ਜੇ ਹੁਣ ਕੇਂਦਰ ਗਿਆ ਤਾਂ ਹੁਣ ਘੱਟੋ ਘੱਟ ਉਹਦੇ ਤੋਂ ਉਹ ਮਲਮਲਾ ਲੈ ਗਿਆ ਕਿ ਇਹ ਵਖਵਾਦੀ ਹੈ ਵਖਵਾਦੀ ਹੈ ਇਹ ਅਤਵਾਦੀ ਹੈ ਹੁਣ ਨਰੂਲ ਕਿਸਾਨ ਅੰਦੋਲਨ ਪਰ ਉਹਨਾਂ ਨੇ ਰੱਖ ਤਾਂ ਭਾਵੇਂ ਜਰੂਰ ਸਿੰਘੂ ਬਾਰਡਰ ਨੂੰ ਹੈੱਡਕੁਆਰਟਰ ਹੈ ਗੱਲੀਬਾਤੀ ਪਰ ਸੈਂਟਰਾ ਪਾਵਰ ਗਾਜੀਪੁਰ ਬਣ ਗਿਆ ਅਮਲੀ ਤੌਰ ਤੇ ਉਹ ਬਣ ਗਿਆ ਬਣ ਗਿਆ ਜੀ ਜੀ ਸੋ ਇਹ ਚੀਜ਼ਾਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਵੀਰਾਂ ਨੂੰ ਹੱਥ ਜੋੜਦਾ ਮੈਂ ਸਾਰਿਆਂ ਨੂੰ ਕਿ ਅਸੀਂ ਜੇ ਇੱਥੇ ਵੀ ਸਿੱਖਾਂ ਦਾ ਭਲਾ ਚਾਹੁੰਦੇ ਆ ਤਾਂ ਕੈਨੇਡਾ ਸਾਡੇ ਜਿਹੜੇ ਬੱਚੇ ਗਏ ਨੇ ਅਮਰੀਕਾ ਸਾਡੇ ਜਿਹੜੇ ਰਿਫਿਊਜੀ ਬੱਚੇ ਗਏ ਨੇ ਕਿਵੇਂ ਕੰਡੇ ਵਾਲੀਆਂ ਤਾਰਾਂ ਟੱਪ ਕੇ ਗਏ ਨੇ ਉਹ ਕੋਈ ਸੁੱਖ ਦਾ ਸੁਖ ਨਾਲ ਨਹੀਂ ਗਏ ਜੇ ਇੱਥੇ ਚਾਰ ਰੋਟੀਆਂ ਮਿਲਦੀਆਂ ਹੁੰਦੀਆਂ ਕੋਈ ਨਹੀਂ ਸੀ ਜਾਣਦਾ ਐਜੂਕੇਸ਼ਨ ਗਰਾਊਂਡ ਤੇ ਗਏ ਉਹਨਾਂ ਨੂੰ ਵੀ ਤਾਂ ਲੋੜ ਹੈ ਮਦਦ ਦੀ ਉਹਨਾਂ ਨੂੰ ਵੀ ਲੋੜ ਹੈ ਮਦਦ ਦੀ ਉਹਨਾਂ ਨੂੰ ਚੰਗਾ ਕੰਮ ਦਿਓ ਐਕਸਪਲੋਇਟੇਸ਼ਨ ਤੋਂ ਬਚਾਓ ਉਹਨਾਂ ਦੀ ਜਿਹੜੀਆਂ ਕਧੀਆਂ ਪੈਣਾ ਬਾਰੇ ਗੱਲਾਂ ਕਰਦੇ ਨੇ ਉੱਥੇ ਚਕਾਰੇ ਲੈ ਲੈ ਕੇ ਰੇਡੀਓ ਸਟੇਸ਼ਨ ਵਾਲੇ ਉਹਨਾਂ ਨੂੰ ਵੀ ਨਹੀਂ ਚਾਹੀਦਾ ਕਿ ਤੁਸੀਂ ਉਹਨਾਂ ਦੀ ਪੱਤ ਨੂੰ ਬਦਨਾਮ ਕਰੋ ਜੇ ਇੱਕ ਗੰਦੀ ਹੋ ਗਈ ਸਾਰੇ ਗੰਦ ਨਹੀਂ ਹੁੰਦਾਗਾ ਬਿਲਕੁਲ ਬਿਲਕੁਲ ਹਾਂ ਸੋ ਇੰਨੀ ਕੁ ਬੇਨਤੀ ਕਬੂਲ ਕਰਿਓ ਮਾਫੀ ਦਿਓ ਸਾਨੂੰ ਪਰ ਢਿਲੋ ਸਾਹਿਬ ਜਿਵੇਂ ਆਪਾਂ ਵਿਦੇਸ਼ ਗੱਲ ਕਰਕੇ ਲੈ ਕੇ ਗਏ ਸੀ ਅਮਰੀਕਾ ਚਲੇ ਗ ਹੁਣ ਖਨੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਜਿੱਥੇ ਅੰਤਰਰਾਸ਼ਟਰੀ ਪੱਧਰ ਤੇ ਘिरी ਐ ਜੇ ਕਮੰਤਰੀ ਹਸਤੀਆਂ ਜਿਹੜੀਆਂ ਮਗਰ ਪਈਆਂ ਨੇ ਹੁਣ ਬੈਕਫੁੱਟ ਤੇ ਨਜ਼ਰ ਆਉਂਦੀ ਐ ਕਿਲ ਪੁੱਟਣੇ ਸ਼ੁਰੂ ਕਰ ਦਿੱਤੇ ਐ ਦੇਖੋ ਗੱਲ ਇਹ ਕਿ ਕਮੰਤਰੀ ਹਸਤੀਆਂ ਹੈ ਕੌਣ ਹੂੰ ਇਹਨਾਂ ਕਮੰਤਰੀ ਹਸਤੀਆਂ ਦੇ ਵਿੱਚ ਇੱਕ ਕੁੜੀ ਦਾ ਨਾਮ ਹੈ ਰਹਿਾਨਾ ਜੀ ਪੌਪ ਸਿੰਘ ਰਾਏ ਹੂੰ ਹੂੰ ਇਹਦੀ ਫਾਲੋਇੰਗ ਦੇਖ ਲਓ ਕਿੰਨੀ ਕਦਰ ਵਾਲੀਆਂ ਸਭ ਨੈਟ ਤੇ ਦੇਖ ਲਓ ਕੀ ਹੈ ਜੀ ਮੇਰੇ ਖਿਆਲ ਮੁਤਾਬਕ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲੋਂ ਕਿਤੇ ਵੱਧ ਇਹਦੇ ਜਿਹੜੇ ਐ ਫਾਲੋਅਰ ਹੈ ਲੋਕ ਇਹਨੂੰ ਫਾਲੋ ਕਰਦੇ ਆ ਹਾਂ ਹਾਂ ਉਹ ਬੀਬੀ ਨੇ ਕਿਹਾ ਕੀ ਹੈ ਹੂੰ ਹੂੰ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਪੁਰ ਅਮਨ ਲੋਕਤੰਤਰ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ ਹੂੰ ਹੂੰ ਉੱਥੇ ਲੋਕ ਅੰਦੋਲਨ ਕਰ ਰਹੇ ਆ ਹੂੰ ਹੂੰ ਅਸੀਂ ਬੋਲਦੇ ਕਿਉਂ ਨਹੀਂ ਜੀ ਉਹਨੇ ਸਵਾਲ ਖੜਾ ਕਰਤਾ ਉਹਨੇ ਜਦੋਂ ਇਹ ਟਵਿੱਟਰ ਦੇ ਉੱਤੇ ਲਿਖਤਾ ਟਵੀਟ ਕਰਤਾ ਉਹਨੇ ਤੇ ਉਹਦੇ ਟਵੀਟ ਤੋਂ ਬਾਅਦ ਫਿਰ ਕੇ ਹਨੇਰੀ ਆ ਗਈ ਹੂੰ ਹੂੰ ਨੰਬਰ 2 ਦੇ ਉੱਤੇ ਸਾਡੀ ਭਵਿੱਖ ਨੂੰ ਲੈ ਕੇ ਜਿਹੜੀ ਬਹੁਤ ਜ਼ਿਆਦਾ ਚਿੰਤਾ ਤੇ ਗੁੜੀਆ ਜੀ ਉਹਦਾ ਨਾਂ ਗ੍ਰੇਟਾ ਥਨਬਰਗ ਜੀ ਸਵੀਡਨ ਦੀ ਰਹਿਣ ਵਾਲੀ ਹੈ ਹੂੰ ਹੂੰ ਬਹੁਤ ਛੋਟੀ ਉਮਰ ਦੀ ਜਦੋਂ ਉਹ ਸੀ ਜਦੋਂ ਉਹਨੇ ਵਾਤਾਵਰਨ ਨੂੰ ਬਚਾਉਣ ਵਾਸਤੇ ਕੈਂਪੇਨ ਚਲਾਈ ਜੀ ਆਪਣੇ ਸਾਥੀ ਸਟੂਡੈਂਟਸ ਦੇ ਨਾਲ ਉਹਨੇ ਖੇਡਣ ਦੀ بجائے ਹੂੰ ਹੂੰ ਉਹਨਾਂ ਦੇ ਨਾਲ ਗੱਲਾਂ ਕਰਨ ਦੀ بجائے ਉਹ ਧਰਨੇ ਤੇ ਵੈਂਟ ਨਹੀਂ ਸ਼ੁਰੂ ਹੋ ਗਈ ਸੀ ਕਿ ਸਾਨੂੰ ਬਚਾਇਆ ਜਾਵੇ ਯਾਦ ਕਰੋ ਤੁਸੀਂ ਜੀ ਯੂਨੋ ਨੇ ਇੱਕ ਵਾਰੀ ਐ 바ਤਾਬਰਨ ਦੇ ਉੱਤੇ ਸਮਾਗਮ ਕਰਵਾਇਆ ਸੀ ਕਿ 바ਤਾਬਰਨ ਨੂੰ ਬਚਾਇਆ ਜਾਵੇ ਜੀ ਉਸ ਲੜਕੀ ਨੂੰ ਵੀ ਉੱਥੇ ਬੁਲਾਇਆ ਗਿਆ ਸੀ ਕਿ ਤੂੰ ਆ ਹੋਰ ਵੀ ਜਿਹੜੇ ਬੱਚੇ ਕੰਮ ਕਰਦੇ ਸੀ ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਵੀ ਬੁਲਾਇਆ ਗਿਆ ਜੀ ਬਡੇ-ਬਡੇ ਜਿਹੜੇ ਹੈਗੇ ਆ ਦੁਨੀਆ ਦੇ ਲੀਡਰ ਉਹਨਾਂ ਨੂੰ ਵੀ ਬੁਲਾਇਆ ਗਿਆ 트াম্প ਸਾਹਿਬ, ਬੀਸੀ ਤੇ ਮੋਦੀ ਸਾਹਿਬ, ਬੀਸੀ ਕੇ ਜੀ ਜੀ ਇਹ ਸਾਰੇ ਲੋਕ ਜਹਾਜ਼ਾਂ ਤੇ ਚੜ ਕੇ ਗਏ ਸੀ ਹੂੰ ਹੂੰ ਤੇ ਉਸ ਕੁੜੀ ਨੇ ਜਹਾਜ਼ ਤੇ ਚੜਨ ਤੋਂ ਇਨਕਾਰ ਕਰਤਾ ਸੀ ਉਹ ਆਪਣਾ ਬੀੜਾ ਲੈ ਕੇ ਬੀੜਾ ਲੈ ਕੇ ਬੋਟ ਲੈ ਕੇ ਗਈ ਸੀ ਆਪਣੀ ਬੋਟ ਲੈ ਕੇ ਬੀੜੀ ਦੇ ਜਰੀਏ ਉਹ ਸਮੁੰਦਰ ਦੇ ਰਾਹੀਂ ਪਹੁੰਚੀ ਸੀ UNO ਦੇ ਹੈਡਕੁਆਟਰ ਤੇ ਜਦੋਂ UNO ਉਹਨੂੰ ਬੋਲਣ ਦਾ ਮੌਕਾ ਮਿਲਿਆ ਜੀ ਜਿਹੜੇ ਬੜੇ ਚੁਣੌਤੀ ਭਰਪੂਰ ਸ਼ਬਦਾਂ ਦੇ ਨਾਲ ਹੂੰ ਹੂੰ ਵਡੇ ਗਾਂ ਹਸਤੀਆਂ ਬਲ ਮੂੰਹ ਕਰਕੇ ਕਿਹਾ ਸੀ ਕਿ ਤੁਹਾਨੂੰ ਇਹ ਅਖਤਿਆਰਤ ਕਿਹਨੇ ਦੇ ਦਿੱਤਾ ਜੀ ਕਿ ਤੁਸੀਂ ਸਾਡੇ ਭਵਿੱਖ ਨਾਲ ਖਲਵਾੜ ਕਰੋ ਹੂੰ ਹੂੰ ਤੁਸੀਂ ਜ਼ਹਿਰੀਲੀਆਂ ਗੈਸਾਂ ਛੱਡੋ ਵਾਤਾਵਰਨ ਨੂੰ ਪੁਲੀਤ ਕਰੋ ਹੂੰ ਸਾਡੇ ਲਈ ਤੁਸੀਂ ਛੱਡ ਕੇ ਕੀ ਜਾਓਗੇ ਜੀ ਜਦੋਂ ਉਸ ਬੀਬੀ ਨੇ ਇਹ ਗੱਲ ਕਹੀ ਸੀ ਤੇ ਉਹ ਤੋਂ ਬਾਅਦ ਫਿਰ ਤੁਸੀਂ ਦੇਖੋ ਹੋਇਆ ਕੀ ਸੀ ਅਮਰੀਕਾ ਦੇ ਰਾਸ਼ਟਰਪਤੀ 트ੰਪ ਸਾਹਿਬ ਜੀ ਉਹਨਾਂ ਨੇ ਕੀ ਕਿਹਾ ਸੀ ਤੋਂ ਕੁਝ ਸਿੱਖ ਹੋ ਰਹੇ ਗੁੱਸੇ ਨੂੰ ਮਾਰ ਗੁੱਸੇ ਨੂੰ ਮਾਰ ਆਪਣੇ ਦੋਸਤਾਂ ਦੇ ਨਾਲ ਫਿਲਮਾਂ ਦੇਖਣ ਜਾ ਫਿਲਮਾਂ ਦੇਖਣ ਜਾ ਕਰ ਉਹ ਆ ਗਿਆ ਨਾ ਡਿਵਰਸ਼ਨ ਹੋ ਗਈ ਮੁੱਦੇ ਤੇ ਨਾ ਬੀਬੀ ਤੂੰ ਛੋਟੀਆਂ ਹਰੇ ਖੇਡ ਤੂੰ ਅਜੇ ਫਿਲਮਾਂ ਦੇਖਣ ਜਾ ਕਰ ਉਸ ਕੁੜੀ ਨੇ ਵੀ ਹੂੰ ਜਿਹੜਾ ਹੈਗਾ ਰਹਿਾਨਾ ਦੇ ਟਵੀਟ ਤੋਂ ਬਾਅਦ ਉਹਨੇ ਵੀ ਕਿਹਾ ਹੂੰ ਉਹਨੇ ਕੀ ਕਿਹਾ ਜੀ ਉਹਨੇ ਵੀ ਹਮਦਰਦੀ ਪ੍ਰਗਟ ਕੀਤੀ ਹੈ ਕਿਸਾਨਾਂ ਦੇ ਨਾਲ ਹਾਂ ਹਾਂ ਉਹ ਤੋਂ ਅੱਗੇ ਜੀ ਅਮਰੀਕਾ ਦੇ ਉਪ ਰਾਸ਼ਟਰਪਤੀ ਹੈ ਹਮਮ ਕਮਲਾ ਹੈਰਸ ਜੀ ਕਮਲਾ ਹੈਰਸ ਦੀ ਭਤੀਜੀ ਹਮਮ ਮੀਨਾ ਹੈਰਸ ਜੀ ਮੀਨਾ ਹੈਰਸ ਨੇ ਵੀ ਆ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹਮਮ ਇਹ ਤਿੰਨ ਤਿੰਨ ਹਸਤੀਆਂ ਜੀ ਇਹਨਾਂ ਹਸਤੀਆਂ ਨੂੰ ਅਸੀਂ ਛੋਟਕਾ ਨਹੀਂ ਕਹਿ ਸਕਦੇ ਹਮਮ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਹਦੇ ਤੇ ਕਿਹਾ ਇੱਕ ਸਾਡੇ ਕੋਲੇ ਬੀਬੀ ਹੈ ਹਮ ਉਹਦਾ ਨਾਮ ਕੰਗਣਾ ਰਣੌਤ ਰਣੌਤ ਉਹ ਆਡੀਆ ਦਾ ਉਹ ਕੰਗਣਾ ਰਣੌਤ ਦਾ ਜਦੋਂ ਬੰਗਲੇ ਨਾਲ ਥੋੜੀ ਜੀ ਛੇੜਛਾੜ ਕੀਤੀ ਸੀ ਬੀਐਮਸੀ ਨੇ ਹੂੰ ਹੂੰ ਉਹਦੀ ਪੂਰੀ ਮਦਦ ਕੀਤੀ ਸੀ ਤੁਹਾਨੂੰ ਪਤਾ ਬੰਬੇ ਮਿਊਸਪਲ ਕਾਰਪੋਰੇਸ਼ਨ ਨੇ ਹੂੰ ਹੂੰ ਕਿ ਜੀ ਇਹ ਉਸਾਰੀ ਨਿਜ਼ਾਇਜ਼ ਕੀਤੀ ਹੈ ਉਹਨੂੰ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲਿਆ ਸੀ ਅਦਾਲਤ ਚੋਂ ਵੀ ਉਹਨੂੰ ਹੂੰ ਅਰਲੀਫ ਮਿਲੀ ਉਹਦੀ ਜਿਵੇਂ ਅਰਨਵ ਗੋਸਵਾਮੀ ਨੂੰ ਅਰਨਵ ਗੋਸਵਾਮੀ ਨੂੰ ਮਿਲੀ ਸੀ ਔਰ ਉਹਨੇ ਇਸ ਕੁੜੀ ਵਾਰੇ ਇਹਨੂੰ ਮਜਰੀ ਆਪਣੀ ਗ੍ਰੇਟਾ ਹਾਂ ਹਾਂ ਗ੍ਰੇਟਾ ਵਾਰੇ ਉਹਨੇ ਸ਼ਬਦ ਵੇਖੋ ਕੀ ਇਸਤੇਮਾਲ ਕੀਤੇ ਹੈ ਹੂੰ ਹੂੰ ਵਿਗੜੀ ਸ਼ੋਕਰੀ ਜੀ ਵਿਗੜੀ ਵਿਗੜੀ ਸ਼ੋਕਰੀ ਦਾ ਅਰਥ ਕੀ ਹੁੰਦਾ ਹੂੰ ਜਦੋਂ ਇਸ ਬੀਬੀ ਦੇ ਬੰਗਲੇ ਨੂੰ ਹੱਥ ਪਾਇਆ ਸੀ ਥੋੜਾ ਜਿਹਾ ਤੇ ਚੀਕਾ ਮਾਰ ਉੱਠੀ ਸੀ ਜੀ ਕਹਿੰਦੀ ਸੀ ਵੀ ਇਹਨਾਂ ਨੇ ਇੱਕ ਧੀ ਹੂੰ ਇੱਕ ਧੀ ਦੇ ਉੱਤੇ ਵਾਰ ਕੀਤਾ ਹੈ ਮਹਾਰਾਸ਼ਟਰ ਦੀ ਸਰਕਾਰ ਨੂੰ ਕਹਿੰਦੀ ਸੀ ਜੀ ਤੇ ਧੀ ਦਾ ਹੱਥ ਫੜਿਆ ਮੋਦੀ ਸਾਹਿਬ ਦੀ ਸਰਕਾਰ ਨੇ ਕਾਰਨ ਹੂੰ ਕਾਰਨ ਇਹ ਕਿ ਉਸ ਧੀ ਨੂੰ ਇਹ ਵੀ ਧੀ ਹੈ ਕਿਸੇ ਨੇ ਜੀ ਉਸ ਧੀ ਨੂੰ ਉਹਦਾ ਮੋਦੀ ਸਾਹਿਬ ਨੇ 22 ਸਿਕਿਉਰਿਟੀ ਦਿੱਤੀ ਸੀ ਹੂੰ ਹੂੰ ਪਲੱਸ ਵੀ ਕੇ ਵੀ ਸਿਕਿਉਰਿਟੀ ਦਿੱਤੀ ਸੀ ਜੀ ਜੇ ਉਹਨੂੰ ਸਿਕਿਉਰਿਟੀ ਮਿਲਦੀ ਐ ਤੇ ਇਹਨੂੰ ਉਹ ਹਰਿਆਣੇ ਕੀ ਸ਼ੁਕਰੀਕਰ ਕਹਿ ਕੇ ਬੁਕਾਰਦੀ ਐ ਇਹ ਆਪਣੀ ਥਾਂ ਦੇ ਉੱਤੇ ਐ ਪਰ ਜੇ ਅਸੀਂ ਇਹ ਦੇਖੀਏ ਕਿ ਇਹਨਾਂ ਹਸਤੀਆਂ ਦਾ ਹੂੰ ਹੂੰ ਅਸਰ ਕੀ ਹੋਇਆ ਜੀ ਸਾਰੀ ਦੁਨੀਆ ਦੇ ਵਿੱਚੋਂ ਇਹਨਾਂ ਦੀ ਫੋਲੋਇੰਗ ਹੋਣੀ ਸ਼ੁਰੂ ਹੋ ਗਈ ਤੇ ਨਤੀਜਾ ਉਹਦਾ ਤੁਹਾਡੇ ਸਾਹਮਣੇ ਆ ਗਿਆ ਜੀ ਸਾਡਾ ਵਿਦੇਸ਼ ਵਿਭਾਗ ਐ ਜਿਹੜਾ ਤਿਲ ਮਲਾ ਉੱਠਿਆ ਹੂੰ ਹੂੰ ਵਿਦੇਸ਼ ਵਿਭਾਗ ਨੇ ਕਿਹਾ ਜੀ ਇਹ ਐਸਸੀ ਦਾ ਕੋਈ ਗੱਲ ਹੀ ਨਹੀਂ ਜੀ ਸਾਡੇ ਦੇਸ਼ ਦੇ ਵਿੱਚ ਕੋਈ ਬਹੁਤੀ ਗੱਲ ਨਹੀਂ ਆਪਾਂ ਪਹਿਲੇ ਹੀ ਕਰਕੇ ਟੇ ਕਿ ਅੰਦੋਲਨ ਦੇਸ਼ ਵਿਆਪੀ ਹੋ ਗਏ ਜੀ ਜੀ ਤੇ ਵਿਦੇਸ਼ ਵਿਭਾਗ ਕੀ ਕਹਿੰਦਾ ਛੋਟੇ ਜਿਹੇ ਇਲਾਕੇ ਦੇ ਥੋੜੇ ਜਿਹੇ ਲੋਕ ਇਹਦਾ ਵਿਰੋਧ ਕਰਦੇ ਹੂੰ ਹੂੰ ਛੋਟੇ ਜਿਹੇ ਇਲਾਕੇ ਦੇ ਥੋੜੇ ਜਿਹੇ ਲੋਕ ਇਹਦਾ ਵਿਰੋਧ ਕਰਦੇ ਜੇ ਥੋੜੇ ਜਿਹੇ ਲੋਕ ਵਿਰੋਧ ਕਰਦੇ ਤਾਂ ਫੇਰ ਜਿਹੜੀ ਹੈ ਉਹ ਘੇਰਾਬੰਦੀ ਕਿਉਂ ਕੀਤੀ ਹੈ ਬਾਰਡਰਾਂ ਦੀ ਹੂੰ ਹੂੰ ਉੱਥੇ ਜਿਹੜੀਆਂ ਜਿਹੜੀਆਂ ਨਕੀਲੀਆਂ ਜਿਹੜੀਆਂ ਕੰਡੇਦਾਰ ਤਾਰਾਂ ਜੀ ਦਿੱਖਿਆ ਤਾਰੇ ਉਹਨਾਂ ਦੀਆਂ ਕਹਿੰਦਾ ਕਿਉਂ ਸਾਰੀਆਂ ਜਾ ਰਹੀਆਂ ਜੀ ਸੀਮਿੰਟ ਦੀਆਂ ਕਹਿੰਦਾ ਕਿਉਂ ਸਾਰੀਆਂ ਜਾ ਰਹੀਆਂ ਧਰਤੀ ਦੇ ਵਿੱਚ ਕਿੱਲਾਂ ਕਿਉਂ ਗੱਡੀਆਂ ਜਾ ਰਹੀਆਂ ਨੁੱਕੀਆਂ ਕਿੱਲਾਂ ਕਿ ਇਥੋਂ ਦੀ ਨਾ ਹੋਣ ਜੀ ਤੇ ਉਹਨਾਂ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੂੰ ਹੂੰ ਉਹ ਤਾਂ ਕਿਸਾਨਾਂ ਨੇ ਕਰ ਦਿੱਤਾ ਪਰ ਫਿਰ ਇੱਥੇ ਮਿਸਟਰ ਤਕੈਤਵਾਲ ਮੁੜਦਿਆਂ ਆਪਾਂ ਜੀ ਤਕੈਤ ਹੋਰਾਂ ਨੇ ਇਸ ਪਿੰਡ ਦੇ ਵਿੱਚ ਜਿਲ੍ਹੇ ਦੇ ਜਿਸ ਪਿੰਡ ਦੇ ਵਿੱਚ ਕੱਲ ਰੈਲੀ ਕੀਤੀ ਹੈ ਹੂੰ ਹੂੰ ਉਦੋਂ ਉਹਨਾਂ ਨੇ ਕਹਿ ਸੀ ਕਿ ਜਦੋਂ ਜਦੋਂ ਹਾਕਮ ਨੂੰ ਡਰ ਲੱਗਦਾ ਹੈ ਜੀ ਉਦੋਂ ਉਹ ਫਿਰ ਕੀ ਦਈਏ ਕਿ ਕਿਹੜਾ ਬੰਦੀ ਕਰਦੇ ਜੀ ਇਹ ਗੱਲਾਂ ਉਹਨਾਂ ਨੇ ਸਿੱਖੀਆਂ ਸੀ ਹੂੰ ਹੂੰ ਤੇ ਫਿਰ ਇਹਦਾ ਨਤੀਜਾ ਹੋਇਆ ਕਿ ਜਦੋਂ ਕੋ ਮੰਤਰੀ ਪਦਰ ਦੇ ਉੱਤੇ ਕੋ ਮੰਤਰੀ ਹਸਤੀਆਂ ਨੇ ਇਹਦਾ ਨੋਟਿਸ ਲਿਆ ਜੀ ਤੇ ਫਿਰ ਅਖਬਾਰਾਂ ਵੀ ਬੋਲੀਆਂ ਹੂੰ ਹੂੰ ਕਿਸਾਨ ਪ੍ਰੇਡ ਸੀ ਜੀ ਕਿਸਾਨ ਪ੍ਰੇਡ ਦਾ ਅਸਰ ਦੁਨੀਆ 'ਚ ਨਾ ਪਵੇ ਵਿਦੇਸ਼ਾਂ ਦੇ ਵਿੱਚ ਜਿਹੜੇ ਪੱਤਰਕਾਰ ਆਏ ਸੋ ਇਹਦਰ ਧਿਆਨ ਨਾ ਦੇ ਸਕਣ ਜੀ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਦਾ ਸਾਰਾ ਧਿਆਨ ਡਾਇਵਰਟ ਕਰਨ ਵਾਸਤੇ ਹੂੰ ਹੂੰ ਜੋ ਕੁਝ ਕਰਵਾਇਆ ਗਿਆ ਜੋ ਕੀਤਾ ਇੰਡੀਅਨ ਏਜੰਸੀਆਂ ਨੇ ਮਿਲ ਕੇ ਜੀ ਉਹ ਤਾਂ ਕੀਤਾ ਸੀ ਇਹਦੇ ਨਾਲ ਲਾਲਖੀਲੇ ਵਾਲੇ ਐਪੀਸੋਡ ਦੇ ਨਾਲ ਹਮ ਹਮ ਲੇਕਿਨ ਉਹਨੂੰ ਜਿੰਨਾ ਲੋਕਾਂ ਦਾ ਯਤਨ ਕੀਤਾ ਸੀ ਹਮ ਹਮ ਹੁਣ ਤੁਸੀਂ ਦੇਖੋ ਕਿ ਜਦੋਂ ਇਹ ਹਸਤੀਆਂ ਬੋਲ ਪੀਆਂ ਜੀ ਅੱਜ ਦਾਨੇ ਵਾਲਿਆ ਸਾਹਿਬ ਸੀਐਨਐਨ ਤੋਂ ਲੈ ਕੇ ਹਮ ਹਮ ਵਿਸ਼ਿੰਗਟਨ ਪੋਸਟ ਜੀ ਗਲੋਬਲ ਟਾਈਮਸ ਹਮ ਹਮ ਮੇਰਾ ਖਿਆਲ ਕੋਈ ਅੰਤਰਰਾਸ਼ਟਰੀ ਅਖਬਾਰ ਨਹੀਂ ਰਿਹਾ ਜਿੰਨਾ ਅਖਬਾਰਾਂ ਨੇ ਇਸ ਗੱਲ ਦਾ ਨੋਟਿਸ ਨਾ ਲਿਆ ਹੋਵੇ ਜੀ ਔਰ ਇਹਦਾ ਨਤੀਜਾ ਕੀ ਹੋਇਆ ਹੁਣ ਤੁਸੀਂ ਦੱਸਿਆ ਮੈਂ ਤਾਂ ਜੀ ਦੇਖਿਆ ਨਹੀਂਗਾ ਕਿੰਨੇ ਵਿਊ ਕਿਲ ਪਟਨੇ ਵੀ ਸ਼ੁਰੂ ਕਰ ਬਿਲਕੁਲ ਬਿਲਕੁਲ ਕਿਲ ਪਟਨੇ ਵੀ ਸ਼ੁਰੂ ਕਰਤੇ ਜਿਹੜੇ ਲਾਏ ਸੀ ਹੂੰ ਤੇ ਇਹ ਹੁਣ ਜਿਹੜੇ ਕਿਲ ਪਟਨ ਦੀ ਗੱਲ ਆਈ ਇਹ ਇਸ ਕਰਕੇ ਆ ਕਿਉਂਕਿ ਦੁਨੀਆ ਜ ਇੱਕ ਪਿੰਡ ਬਣ ਗਿਆ ਹੂੰ ਹੂੰ ਬਹੁਤ ਪਹਿਲਾਂ ਹੁੰਦਾ ਸੀ ਕਿ ਕਿਸੇ ਸੂਬੇ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕੁਝ ਹੋਈ ਜਾਂਦਾ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਪਰ ਹੁਣ ਪਿੰਡ ਬਣ ਗਏ ਤੇ ਹਰ ਗੱਲ ਜਿਹੜੀ ਆ ਸਾਹਮਣੇ ਆ ਜਾਂਦੀ ਹੈ ਸਾਹਮਣੇ ਆ ਗਈ ਇਸੇ ਕਰਕੇ ਇਹਦਾ ਹੁਣ ਜਿਹੜਾ ਹੈਗਾ ਥੋੜੀਆਂ ਜਿਹੀਆਂ ਰੋਕੂ ਕਾਰਵਾਈਆਂ ਕਰਨੀਆਂ ਸ਼ੁਰੂ ਕਰਤੀਆਂ ਤੇ ਉਧਰ ਵੀ ਜਿਹੜੀ ਹੈ ਆਪਣੇ ਟਕੈਤ ਸਾਹਿਬ ਨੇ ਵੀ ਇਹੀ ਕਹਿ ਸੀ ਕਿ ਹੁਣ ਤਾਂ ਅਸੀਂ ਆਏ ਆ ਆਪਣੀਆਂ ਮੰਗਾ ਮੰਗਣ ਮੰਗਾ ਮੰਨਣ ਤੇ ਫਿਰ ਅਸੀਂ ਮੰਗ ਕਰਾਂਗੇ ਕਿ ਗੱਦੀ ਵਾਪਸ ਕਰੋ ਗੱਦੀ ਵਾਪਸ ਕਰੋ ਜਿਹੜੀ ਦਿੱਤੀ ਸੀ ਉਹ ਆਪਣੀ ਗੱਲ ਰਹਿ ਗਈ ਸੀ ਕਿ ਅਸੀਂ ਗੱਦੀ ਤੁਹਾਨੂੰ ਅਸੀਂ ਦਿੱਤੀ ਹੈ ਮੋਦੀ ਜੀ ਤੇ ਗੱਦੀ ਵਾਪਸ ਕਰੋ ਵਾਪਸ ਕਰੋ ਤੇ ਵਾਪਸ ਕਰਨ ਵਾਸਤੇ ਉਹਨੇ ਨਾਲ ਕੀ ਕਿਹਾ ਕਿਸੇ ਕਿ ਉਹਦੋਂ ਉਹਦੋਂ ਅਕਤੂਬਰ ਤੱਕ ਕੱਲੇ ਕਿਸਾਨ ਨਹੀਂ ਹੋਣਗੇ ਉਦੋਂ ਹਰੋ ਬੰਦਾ ਹੋਊਗਾ ਜਿਹਦੇ ਪੇਟ ਦੇ ਵਿੱਚ ਰੋਟੀ ਆਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੀ ਰੋਟੀ ਤੇ ਵੀ ਢੱਕਾ ਪੈ ਗਿਆ ਢੱਕਾ ਪੈ ਗਿਆ ਮਤਲਬ ਹੈ ਵੀ ਕਿ ਇਹ ਅੰਦੋਲਨ ਐਡਾ ਵਿਕਰਾਲ ਐਡਾ ਵਿਆਪਕ ਰੂਪ ਧਾਰਨ ਕਰੂਗਾ ਹੂੰ ਹੂੰ ਕਿ ਫਿਰ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਣਾ ਜਦੋਂ ਗੱਦੀ ਵਾਪਸ ਕਰੂਗੀ ਡਿਮਾਂਡ ਉੱਠੂਗੀ ਡਿਮਾਂਡ ਉੱਠੂਗੀ ਉਹ ਹੋ ਜਾਣੀ ਹੈ ਤੇ ਲੋਕ ਹੋਊਗੀ ਹੁਣ ਹੁਣ ਤਾਂ ਹੋਊਗਾ ਆਪਣੇ ਤੁਸੀਂ ਇੱਥੇ ਹੀ ਦੇਖ ਲਓ ਨਾ ਅ ਜੇ ਆਪਾਂ ਗੱਲ ਕਰਾਂਗੇ ਇਸ ਤੋਂ ਬਾਅਦ ਥੋੜੀ ਬਾਅਦ ਪਰ ਖੇਤੀ ਜਿਹੜੀ ਸਰਕਾਰ ਸੰਸਦ ਚ ਘਿਰੀ ਹੈ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਖੇਤੀ ਕਾਨੂੰਨਾਂ ਨੂੰ ਲੈ ਦੇਖੋ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ ਪਹਿਲੇ ਦਿਨ ਜਦੋਂ ਰਾਸ਼ਟਰਪਤੀ ਸਾਹਿਬ ਨੇ ਐਡਰੈਸ ਕੀਤਾ ਆਪੋਜੀਸ਼ਨ ਨੇ ਉਸ ਵੇਲੇ ਬਾਈਕਾਟ ਕਰਤਾ ਸੀ ਜੀ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਸੰਸਦ ਸ਼ੁਰੂ ਹੋਈ ਹੈ ਉਦੋਂ ਆਪੋਜੀਸ਼ਨ ਨੇ ਮੰਗ ਕੀਤੀ ਸੀ ਹਮ ਕਿ ਇਹਦੇ ਤੇ ਨਰੋਲ ਇਸੇ ਮੁੱਦੇ ਨੂੰ ਮਤਲਬ ਜਿਹੜਾ ਹੈਗਾ ਲੈ ਕੇ ਇਹਦੇ ਤੇ ਬਹਿਸ ਕਰਵਾਈ ਜਾਵੇ ਜੀ ਸਰਕਾਰ ਬਹਿਸ ਤੋਂ ਭੱਜ ਗਈ ਪਹਿਲੇ ਦਿਨ ਸੰਸਦ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਜੀ ਦੂਜੇ ਦਿਨ ਫੇਰ ਕੱਲ ਮਤਲਬ ਜਿਹੜੀ ਹੈਗੀ ਸੰਸਦ ਜੁੜਦੀ ਹੈ ਰਾਜ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਗੁਲਾਮ ਨਬੀ ਅਜਾਦ ਨੇ ਕਹੀਆਂ ਹੂੰ ਹੂੰ ਗੁਲਾਮ ਨਬੀ ਅਜਾਦ ਨੇ ਬੜੀ ਮਿਹਨਤ ਕੀਤੀ ਹੈ ਜੀ ਉਹਨੇ ਗੁਲਾਮ ਭਾਰਤ ਤੇ ਆਜ਼ਾਦ ਭਾਰਤ ਦੇ ਜੀ ਜਿਹੜੇ ਕਿਸਾਨ ਅੰਦੋਲਨ ਹੈ ਉਹਦਾ ਜ਼ਿਕਰ ਕੀਤਾ ਜੀ ਔਰ ਉਹਨਾਂ ਦੋ ਲੋਨਾਂ ਦੇ ਵਿੱਚੋਂ ਇੱਕ ਅੰਦੋਲਨ ਹੈ ਪਗੜੀ ਸੰਭਾਲ ਜਟਾ ਨਾਮ ਹੀ ਨੇ ਚੱਲੇ ਸੀ ਪਗੜੀ ਸੰਭਾਲ ਜਟਾ ਜਿਹੜਾ ਅੰਦੋਲਨ ਹੈ ਇਹਦੇ ਕਾਰਨ ਕੀ ਸੀ ਕਿਉਂ ਚੱਲੇ ਸੀ 1900 ਸਾਲ 1900 ਤੋਂ ਲੈ ਕੇ 1906 ਦੇ ਦਰਮਿਆਨ ਜੀ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਜਿੱਦ ਅਸੀਂ ਗੁਲਾਮ ਸੀ ਹਮਮ ਕਿਸਾਨਾਂ ਨਾਲ ਸੰਬੰਧਿਤ ਇਹੋ ਜਿਹੇ ਤਿੰਨ ਕਾਨੂੰਨ ਬਣਾਏ ਸੀ ਜੀ ਉਹਨਾਂ ਕਾਨੂੰਨਾਂ ਦੇ ਖਿਲਾਫ ਥੋੜਾ ਬਹੁਤਾ ਵਿਰੋਧ ਚੱਲਦਾ ਸੀ ਲੇਕਿਨ ਪੂਰਾ ਪ੍ਰਚੰਡ ਨਹੀਂ ਹੋਇਆ ਸੀ ਜੀ ਅਖੀਰ ਆ ਕੇ ਇਹ ਪ੍ਰਚੰਡ ਹੁੰਦਾ ਤੇ ਇਹਦਾ ਜਿਹੜਾ ਹੈਗਾ ਅਸਲ ਹੀਰੋ ਹਮ ਉਹ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਤੇ ਉਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ ਤੇ ਜਿਹੜਾ ਪਗੜੀ ਸੰਭਾਲ ਜਟਾ ਜੀ ਇਹ ਇੱਕ ਗੀਤ ਸੀ ਜਾਂ ਕਵਿਤਾ ਸੀ ਹਮਮ ਇਹ ਲਿਖੀ ਕਿਨੇ ਸੀ ਜੀ ਇੱਕ ਹਿੰਦੂ ਜੈਂਟਲਮੈਨ ਸੀ ਔਰ ਉਹ ਜੰਗ ਅਖਬਾਰ ਦਾ ਐਡੀਟਰ ਹੁੰਦਾ ਸੀ ਜੀ ਇਹ ਕਵਿਤਾ ਉਹਦੇ ਚ ਛਪੀ ਸੀ ਜਨ ਦੇ ਵਿੱਚ ਤੇ ਇਸੇ ਕਵਿਤਾ ਨੂੰ ਚੱਕ ਲਿਆ ਜੀ ਤੇ ਇਸ ਕਵਿਤਾ ਨੂੰ ਚੱਕ ਕੇ ਜਿਹੜਾ ਅੰਦੋਲਨ ਚੱਲਿਆ ਤੇ ਉਹ ਅੰਦੋਲਨ ਫਿਰ ਜਿਹੜਾ ਹੈਗਾ ਇੰਨਾ ਜਿਹੜਾ ਜ਼ਬਰਦਸਤ ਅੰਦੋਲਨ ਸੀ ਜੀ ਕਿ ਅਖੀਰ ਨੂੰ ਅੰਗਰੇਜ਼ ਸਰਕਾਰ ਮਜਬੂਰ ਹੋ ਗਈ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜੀ ਕੱਲ ਗੁਲਾਮ ਨੇ ਵੀ ਯਾਦ ਨੇ ਇਹੀ ਗੱਲ ਕਹੀ ਹੈ ਹਮਮ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਸਿਆਣੇ ਬਹੁਤ ਹੋ ਜੀ ਤੁਹਾਡਾ ਦਿਲ ਬੜਾ ਵੱਟਾ ਹੈ ਕਿਸਾਨ ਅਜੇ ਹੀ ਤਾਕਤ ਹੈ ਇਹਨਾਂ ਨੂੰ ਇਸ ਤਾਕਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜੀ ਵੱਡੇ ਤੋਂ ਵੱਡੇ ਲੋਕ ਵੀ ਜਿਹੜੇ ਹੈਗੇ ਇਹਨੇ ਉਹਨਾਂ ਦੀਆਂ ਵੀ ਘੋਟਨੀਆਂ ਲਵਾਤੀਆਂ ਅੰਗਰੇਜ਼ਾਂ ਨਾਲੋਂ ਵੱਡਾ ਤਜ਼ਾਲਮ ਕੋਈ ਨਹੀਂ ਸੀ ਹੂੰ ਹੂੰ ਅਸੀਂ ਜਲਿਆਂਵਾਲਾ ਬਾਗ ਦਾ ਵੀ ਸਾਕਾ ਦੇਖਿਆ ਅਸੀਂ ਸਾਕਾ ਜੈਤੂ ਦੇ ਮੋਰਤਾ ਗੰਗਸਰ ਗੁਰਦੁਆਰੇ ਵਾਲਾ ਵੀ ਦੇਖਿਆ ਇੱਥੇ ਕਿ ਕੁਝ ਹੋਇਆ ਸੀ ਜੀ ਜੀ ਅਸੀਂ ਨਨਕਾਣਾ ਸਾਹਿਬ ਵਾਲਾ ਵੀ ਜਿਹੜਾ ਕਟਨਾ ਕਰਮ ਸਾਰਾ ਉਹ ਵਡੇ ਇਤਿਹਾਸ ਦੇ ਵਿੱਚ ਹੂੰ ਹੂੰ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਕਿੰਨੀ ਜਦੋਜਹਿਦ ਕਰਨੀ ਪਈ ਜੀ ਜੀ ਇਹ ਸਾਰਾ ਜਿਹੜਾ ਜਗਾੜ ਸੀ ਜਿਹੜਾ ਐਡੀ ਵੱਡੀ ਜਿਹੜੀ ਜ਼ਾਲਮ ਹਕੂਮਤ ਦੇ ਖਿਲਾਫ ਲੜਾਈ ਲੜੀ ਹੂੰ ਹੂੰ ਔਰ ਉਸ ਵੇਲੇ ਲੜਾਈ ਲੜੀ ਜਦੋਂ ਮੂਵਮੈਂਟ ਕੋਈ ਨਹੀਂ ਸੀ ਜੀ ਉਹਨਾਂ ਨੂੰ ਮਜਬੂਰ ਹੋਣਾ ਪਿਆ ਕਾਨੂੰਨ ਵਾਪਸ ਲੈਣ ਵਾਸਤੇ ਫਿਰ ਗੁਲਾਮ ਨਬੀ ਯਾਦ ਨੇ ਕਿਹਾ ਉਨੇ ਹਵਾਲੇ ਹੋਰਾਂ ਦੇ ਵੀ ਦਿੱਤੇ ਆ ਅੰਦੋਲਨਾਂ ਦੇ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੇ ਅੰਦੋਲਨ ਹੋਏ ਆ ਉਹ ਵੀ ਮਹਾਤਮਾ ਗਾਂਧੀ ਜਿਹੜੇ ਅੰਦੋਲਨ ਲੜੇ ਉਹ ਵੀ ਉਹਨਾਂ ਦਾ ਹਵਾਲਾ ਦੇ ਕੇ ਉਹਨੇ ਕਿਹਾ ਸੀ ਕਿ ਸ਼੍ਰੀਮਾਨ ਜੀ ਗੱਲ ਇਹ ਵੀ ਇਸੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵੇਤਰ ਇਹ ਹੈ ਕਿ ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਦੇ ਹੋ ਜੀ ਇਹਦੇ ਨਾਲ ਤੁਹਾਡਾ ਸਤਕਾਰ ਵਧੂਗਾ ਤੁਹਾਡਾ ਸਤਕਾਰ ਘਟਦਾ ਕੋਈ ਨਹੀਂ ਕਿ ਜੀ ਪਾਰਲੀਮੈਂਟ ਦੇ ਵਿੱਚ ਲੋਕਾਂ ਨੇ ਮੰਗ ਕੀਤੀ ਹੈ ਜੀ ਜੀ ਲੋਕਦਲੀ ਦੀਆਂ ਬਰੂਹਾਂ ਤੇ ਆਏ ਬੈਠੇ ਲੋਕਾਂ ਦੀ ਜਿਹੜੀ ਹੈ ਤਾਰਬੰਦੀ ਜਾ ਬਾੜੇਬੰਦੀ ਇਹ ਨਾ ਕਰੋ ਜੀ ਔਰ ਇਹੀ ਕੁਝ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਹੋਇਆ ਹੂੰ ਹੂੰ ਲੋਕ ਸਭਾ ਦੇ ਵਿੱਚ ਤਾਂ ਡਿਮਾਂਡ ਹੀ ਇੱਕ ਸੀਗੀ اپੋਜੀਸ਼ਨ ਦੀ ਜੀ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਾਓ ਔਰ ਉਹ ਡਿਮਾਂਡ ਉਹਨੇ ਪੂਰੀ ਜਿਹੜੀ ਹੈਗੀ ਸ਼ਿੱਦਤ ਨਾਲ ਉੱਥੇ ਪੇਸ਼ ਕੀਤੀ ਤੇ ਜਦੋਂ ਵਾਰ-ਵਾਰ ਉਹ ਖੜੇ ਹੁੰਦੇ ਸੀ ਜੀ ਉਹਦਾ ਨਤੀਜਾ ਕੀ ਹੁੰਦਾ ਸੀ ਕਿ ਉਹ ਕੰਮ ਨਹੀਂ ਸੀ ਚੱਲਣ ਦੇ ਤੇ ਉਹ ਤੋਂ ਬਾਅਦ ਫਿਰ ਇਹ ਕਈ ਵਾਰੀ ਕਰਦਿਆਂ ਕਰਦਿਆਂ ਦਿਨ ਪਰ ਰਾਤ ਲੇਟ ਤੱਕ ਚੱਲੀ ਸੀ ਪਾਰਲੀਮੈਂਟ ਸ਼ਾਮ ਨੂੰ ਫਿਰ ਉਹ ਵੀ ਮੁਲਤਵੀ ਕਰਤੀ ਸੀ ਅੱਜ ਵਾਸਤੇ ਤੁਸੀਂ ਦੇਖਿਆ ਹੋਣਾ ਕੱਲ੍ਹ ਵਾਲੇ ਜਿਹੜਾ ਸੀਗਾ ਪਾਰਲੀਮੈਂਟ ਦਾ ਸੈਸ਼ਨ ਜੀ ਉਹਦੇ ਵਿੱਚ ਇੱਕ ਨਵੀਂ ਚੀਜ਼ ਆਈ ਹੈ ਭਗਵੰਤ ਮਾਨ ਤਾਂ ਪਹਿਲਾਂ ਹੀ ਬੋਲਦਾ ਹੁੰਦਾ ਸੀ ਹਾਂ ਹਰ ਹਰ ਸੈਸ਼ਨ ਦੇ ਵਿੱਚ ਭਗਵੰਤ ਮਾਨ ਬਿਲਕੁਲ ਬੋਲਦਾ ਸੀ ਔਰ ਉਹਦਾ ਜਿਹੜਾ ਹੈਗਾ ਬੋਲਣ ਦਾ ਅੰਦਾਜ਼ ਕਿਹੋ ਜਿਹਾ ਹੈ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਉਹ ਦੁਨੀਆ ਦੀ ਅਟੈਂਸ਼ਨ ਆਪਰੇਸ਼ਨ ਹੁੰਦੀ ਹੈ ਨਾ ਹਾਂ ਉਹ ਨਰੇਸ਼ਨ ਹੁੰਦੀ ਹੈ ਦੁਨੀਆ ਦੀ ਜਿਹੜੀ ਹੈ ਆਕਰਸ਼ਣ ਆਪ ਦੇ ਵੱਲ ਖਿੱਚਦਾ ਹੈ ਲੇਕਿਨ ਕੱਲ ਇੱਕ ਨਵਾਂ ਆਕਰਸ਼ਣ ਸੀ ਜੀ ਕੱਲ ਹੋਰ ਪਾਰਲੀਮੈਂਟ ਦੇ ਮੈਂਬਰ ਜਦੋਂ ਵੈਲ ਚ ਆ ਗਏ ਸੀ ਸਪੀਕਰ ਦੇ ਚੈਂਬਰ ਦੇ ਸਾਹਮਣੇ ਜੀ ਆ ਕੇ ਜਦੋਂ ਪ੍ਰੋਟੈਸਟ ਕਰ ਰਹੇ ਸੀ ਸਾਡੇ ਵੀ ਮਾਨਯੋਗ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਜੀ ਵੀ ਬਾ ਹਰ ਸਿਮਰਤ ਕੌਰ ਬਾਦਲ ਜੀ ਹੂੰ ਹੂੰ ਇਹ ਕਿਹਨਾਂ ਦੇ ਹੱਥੇ ਵਿੱਚ ਵੀ ਕਹਿੰਦੇ ਕੱਲ ਤਖਤੀ ਫੜੀ ਸੀ ਅੱਛਾ ਜੀ ਫੜਦੇ ਸੀ ਕਾਲੇ ਕਾਨੂੰਨ ਨੂੰ ਵਾਪਸ ਲਓ ਹਾਂ ਜੀ ਅੱਛਾ ਕੱਲ ਉਹਨਾਂ ਨੇ ਜਿਹੜੀ ਗੱਲ ਕੱਲ ਉਹਨਾਂ ਨੇ ਵੀ ਕਹੀ ਹੂੰ ਹੂੰ ਮਤਲਬ ਇਹ ਦੇਖੋ ਕਿ ਹੁਣ ਜਿਹੜਾ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਕਿ ਕਿਸਾਨ ਅੰਦੋਲਨ ਦਾ ਬਣੂਗਾ ਕੀ ਹੂੰ ਹੂੰ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੋਲੀਸ਼ਨ ਪਾਈਵਾਲ ਜੀ ਜਿਹੜੇ ਇਸ ਕਾਨੂੰਨ ਦੀ ਸਾਰਾ ਟੱਬਰ ਡਟ ਕੇ ਬਗਾਲਤ ਕਰਦੀ ਗਾਲਤ ਕਰਦਾ ਹੁੰਦਾ ਸੀ ਜੇ ਉਹਨਾਂ ਨੂੰ ਬਜ਼ਾਰਤ ਵੀ ਛੱਡਣੀ ਪੈਗੀ ਉਹਨਾਂ ਨੂੰ ਐਨਡੀਏ ਤੋਂ ਬਾਹਰ ਵੀ ਹੋਣਾ ਪਿਆ ਤੇ ਪਾਰਲੀਮੈਂਟ ਦੇ ਵਿੱਚ ਉਹੀ ਵਜ਼ੀਰ ਜੀ ਸਾਬਕਾ ਵੀ ਹੁਣ ਤਾਂ ਹੋ ਗਿਆ ਬੀਬਾ ਜੀ ਉਹੀ ਵਜ਼ੀਰ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਉਹ ਆਰਡੀਨੈਂਸ ਜਾਰੀ ਹੋਏ ਸੀ ਜੂਨ ਮਹੀਨੇ 'ਚ ਜੀ ਉਹ ਵੀ ਆ ਕੇ ਉੱਥੇ ਪ੍ਰੋਟੈਸਟ ਕਰਦੀ ਤਾਂ ਇਹਦਾ ਮਤਲਬ ਹੈ ਕਿ ਅੰਦੋਲਨ ਅੰਦੋਲਨ ਕਿੰਨਾ ਅਸਰ ਅਸਰਦਾਰ ਅਸਰਦਾਰ ਹੋ ਰਿਹਾ ਅਸਰ ਅੰਦਾਜ਼ ਹੋ ਰਿਹਾ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਜੀ ਚਲੋ ਸਭ ਹੁਣ ਕਹਿੰਦੇ 2 ਲੱਖ ਰੁਪਇਆ ਤੇ ਨਾਲ ਟਿਕਟ ਕਹਿੰਦੇ ਇਹ ਹਾਲਾਤ ਨੇ ਫੁੱਲ ਆ ਲੈnde ਦੇਖੋ ਜਾਣੇ ਵਾਲਿਆ ਸਭ ਇਹ ਵੀ ਕਿਸਾਨ ਅੰਦੋਲਨदाई ਜੀ ਆਪਾਂ ਕਹਿ ਸਕਦੇ ਹਾਂ ਵੀ ਅਸਰ ਹੈ ਹਮ ਹਮ ਜਦੋਂ 2015 ਦੇ ਵਿੱਚ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਵਾਪਰੀਆਂ ਜੀ ਉਦੋਂ ਤੋਂ ਲੈ ਕੇ ਹੀ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਦੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਉਣੀ ਸ਼ੁਰੂ ਕਰਤੀ ਸੀ ਜੀ ਤੇ 17 ਤੱਕ ਆਉਂਦੇ ਆਉਂਦੇ ਹਾਲਾਤ ਇਹ ਬਣ ਗਏ ਸੀ ਕਿ ਦੋਨੇ ਪਾਰਟੀਆਂ ਨੇ ਇਲੈਕਸ਼ਨ ਤਾਂ ਭਾਵੇਂ ਮਿਲ ਕੇ ਲੜੀ ਲੇਕਿਨ ਮਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਦੂਰੀ ਪੈਦਾ ਹੋ ਗਈ ਸੀ ਹੂੰ ਭਾਜਪਾ ਇਹ ਮਹਿਸੂਸ ਕਰਦੀ ਸੀ ਕਿ ਸਾਡੇ ਲਈ ਹੁਣ ਅਕਾਲੀ ਦਲ ਵਲ ਇੱਕ ਲੈਬਿਲਟੀ ਹੈ ਇੱਕ ਬੋਝ ਹੈ ਬੋਝ ਹੈ ਬਿਲਕੁਲ ਇਹ ਹੁਣ ਸਾਡੇ ਲਈ ਕੰਮ ਦੇ ਬਦਲੇ ਨਹੀਂ ਰਹੀ ਕੇਂਦਰ ਦੇ ਵਿੱਚ ਸਾਡੀ ਸਰਕਾਰ ਹੈ ਹਮ ਤੇ ਹਰ ਸੂਬੇ ਵਿੱਚ ਜਿੱਥੇ ਚੋਣ ਹੁੰਦੀ ਹੈ ਅਸੀਂ ਆਪਦੀ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਈਏ ਨੇ ਲੋਕ ਭਾਵੇਂ ਵੋਟਾ ਨਾ ਪਾਉਣ ਨਾ ਪਾਉਣ ਹਾਂਜੀ ਦਲ ਬਦਲੀ ਵਗੈਰਾ ਕਰਵਾ ਲੇ ਦੇ ਤੇ ਫਿਰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਪੇਸ਼ ਕੀਤਾ ਸੀ ਅੱਛਾ ਜੀ ਜਿਹੜਾ ਉਹਨਾਂ ਨੇ ਫਾਰਮੂਲਾ ਆਪਣਾ ਬਣਾਇਆ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਕਿਹਨੂੰ ਰਿਪਰੈਜ਼ੈਂਟ ਕਰਦੇ ਆ ਪਿੰਡ ਵਾਲਿਆਂ ਨੂੰ ਕਰਦੇ ਜੀ ਪਿੰਡਾਂ ਦੇ ਵਿੱਚ ਜਿਹੜੀ ਜ਼ਿਆਦਾਤਰ ਵਾਦੀ ਹੈ ਆਪਾਂ ਨੂੰ ਮੰਨਣ ਦੀ ਲੋੜ ਨਹੀਂ ਜਿਹੜੀ ਜਿਹੜੀ ਡੋਮਿਨੈਂਟ ਕਰਦੀ ਹੈ ਪੋਲਿਟਿਕਸ ਨੂੰ ਉਹ ਹੈ ਜੱਟ ਸਿੱਖ ਹੂੰ ਹੂੰ ਤੇ ਉਦੋਂ ਉਹਨਾਂ ਨੇ ਕਿਹਾ ਸੀ ਜੀ ਅਸੀਂ ਤਾਂ ਫਿਰ ਇਹ ਜਿਹੜਾ ਹੈਗਾ ਨਵਾਂ ਜਿਹੜਾ ਇੱਕ ਜਿਹੜਾ ਫਾਰਮੂਲਾ ਅਡਾਪਟ ਕਰਦੇ ਹਾਂ ਜਿਹੜਾ ਹਰਿਆਣੇ 'ਚ ਵੀ ਕੀਤਾ ਸੀ ਜੀ ਹਰਿਆਣੇ 'ਚ ਤੁਹਾਨੂੰ ਪਤਾ ਵੀ ਜਾਟਾਂ ਦੇ ਖਿਲਾਫ ਹੂੰ ਹੂੰ ਬਾਕੀ ਸਾਰੀਆਂ ਜਾਤਾਂ ਨੂੰ ਇਕੱਤਰ ਕੀਤਾ ਸੀ ਬਿਲਕੁਲ ਕੀਤਾ ਪੋਲਰਾਈਜੇਸ਼ਨ ਕੀਤੀ ਪੋਲਰਾਈਜੇਸ਼ਨ ਕੀਤੀ ਸੀ ਤੇ ਇੱਥੇ ਵੀ ਉਹ ਪੋਲਰਾਈਜੇਸ਼ਨ ਉਹੀ ਕਰਦੇ ਸੀ ਹੂੰ ਇੱਥੇ ਉਹਨਾਂ ਨੇ ਪੋਲਰਾਈਜੇਸ਼ਨ ਵਾਸਤੇ ਦੋ ਚੀਜ਼ਾਂ ਚੁਣੀਆਂ ਜੀ ਇਹ ਆਰਟੀਕਲ ਪੜਿਆ ਸੀ ਮੈਂ ਉਹਨੇ ਦੇਖ ਲੀਟਰ ਦਾ ਉਹਨਾਂ ਨੇ ਇੱਕ ਸੋਚਿਆ ਕਿ ਹਿੰਦੂ ਤਾਂ ਸਾਡੇ ਨਾਲ ਹੈ ਹੀ ਹੈ ਹੈ ਹੀ ਹੈ ਸ਼ਹਿਰੀ ਹਿੰਦੂ ਤਾਂ ਬੀਜੇਪੀ ਨੂੰ ਵੋਟ ਪਾਉਣਗੇ ਕਿਉਂਕਿ ਉਹ ਜਿਹੜਾ ਉਹਨਾਂ ਨੇ ਇੱਕ ਆਪਣਾ ਰਾਮ ਮੰਦਰ ਬਣਾ ਕੇ ਦਿੱਤਾ ਰਾਮ ਰਾਮ ਮੰਦਰ ਦਿੱਤਾ ਜਾਂ ਜਿਹੜਾ ਉਹਨਾਂ ਨੇ ਇੱਕ ਪਾਠ ਪੜਾਇਆ ਜਾਂਦਾ ਹੈ ਜਿਹੜੀਆਂ ਥੱਲੇ ਮੀਟਿੰਗਾਂ ਕਰਦੇ ਆ ਕਿ 800 ਸਾਲ ਤੱਕ ਅਸੀਂ ਰਹੇ ਗੁਲਾਮ ਗੁਲਾਮ ਮੁਗਲਾਂ ਦੇ 200 ਸਾਲ ਰਹੇ ਅੰਗਰੇਜ਼ਾਂ ਦੇ 18 ਸਾਲ ਤੇ ਉਸ ਤਾਂ ਹੁਣ ਆਜ਼ਾਦ ਹੋਈ ਆਜ਼ਾਦ ਹੋਈਆਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਝਿਆ ਕਿ ਹਿੰਦੂ ਆਜ਼ਾਦ ਹਿੰਦੂ ਆਜ਼ਾਦ ਹੋਏ ਇੱਕ ਤਾਂ ਵੀ ਹਿੰਦੂ ਤਾਂ ਸਾਨੂੰ ਇਸ ਕਰਕੇ ਵੋਟਾਂ ਪਾਉਣਗੇ ਪਾਉਣਗੇ ਕਿ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਹਾਂ ਦੂਜੀ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ 30 ਫੀਸਦੀ ਸਦੀ ਤੋਂ ਉੱਪਰ ਦਲਤ ਵੋਟ ਹੈ ਦਲਤ ਵੋਟ ਹੈਗੀ ਹੈ ਤੇ ਦਲਤ ਵੋਟ ਨੂੰ ਵੀ ਅਸੀਂ ਪ੍ਰਭਾਵਿਤ ਕਰਨਾ ਹੈ ਮੈਂ ਤੁਹਾਡਾ ਧਿਆਨ ਅਰਸ਼ਿਤ ਕਰਨਾ ਚਾਹੁੰਦਾ ਨਾ ਦਵਾਉਣਾ ਚਾਹੁੰਨਾ ਜੀ ਕਿ ਜਦੋਂ ਅਕਾਲੀਆਂ ਦੇ ਨਾਲੋਂ ਅਲੱਗ ਹੋਣ ਦੀ ਗੱਲ ਆਈ ਹੂੰ ਹੂੰ ਉਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਜਦੋਂ ਇਹ ਅੰਦੋਲਨ ਚੱਲਦਾ ਸੀ ਉਸ ਵੇਲੇ ਇੱਕ ਅੰਬੇਦਕਰ ਯਾਤਰਾ ਕੱਢੀ ਸੀ ਜੀ ਦਲ ਚੇਤਨਾ ਯਾਤਰਾ ਚੇਤਨਾ ਯਾਤਰਾ ਅਰਥਾਤਾਂ ਤਾਂ ਦੇ ਉੱਤੇ ਉਹ ਜਿਹਦਰੋਂ ਜ਼ਿਆਦੇ ਸੀ ਉਹਨਾਂ ਦੇ ਲੀਡਰ ਡਾਕਟਰ ਅੰਬੇਦਕਰ ਦੇ ਬੁੱਤਾਂ ਤੇ ਹਾਰ ਪਾਉਂਦੇ ਸੀ ਹਾਰ ਪਾਉਂਦੇ ਸੀ ਉਹ ਚਾਹੇ ਨਕੋਦਰਾ ਚਾਹੇ ਫਗਵਾੜਾ ਉਹਨਾਂ ਪਰ ਨਾਲੇ ਡਾਕਟਰ ਅੰਬੇਦਕਰ ਦਾ ਬਣਾਇਆ ਸੰਵਿਧਾਨ ਮਾਫਕ ਨਹੀਂ ਇਹਨਾਂ ਨੇ ਨਹੀਂ ਉਹ ਤਾਂ ਨਹੀਂ ਮਾਫਕ ਤਾਂ ਹੈ ਵੀ ਨਹੀਂ ਹੁੰਦਾ ਜਿਹੜਾ ਹੈਗਾ ਅੱਜ ਤਿਰੰਗੇ ਦੀ ਗੱਲ ਕਰਦੇ ਆ ਕਿ ਤਿਰੰਗੇ ਦਾ ਅਪਮਾਨ ਕਰਤਾ ਉੱਥੇ ਕੇਸਰੀ ਨਿਸ਼ਾਨ ਚੜਾ ਕੇ ਹੂੰ ਹੂੰ ਤੇ ਭਾਜਪੀ ਨੇ ਤਾਂ ਕਦੇ ਆਪਣੀ ਆਰਐਸਐਸ ਨੇ ਤਾਂ ਕਦੇ ਆਪਦੇ ਦਫ਼ਤਰ ਦੇ ਉੱਤੇ ਤਿਰੰਗਾ ਲਾਇਆ ਪਰ ਗੱਲ ਹੈਰਾ ਹੀ ਨਹੀਂ ਸੀ ਉਹਨਾਂ ਨੇ ਤਾਂ ਬੜੇ ਥਾਵਾਂ ਤੋਂ ਤਿਰੰਗਾ ਲਾ ਕੇ ਆਪ ਦਾ ਉਹ ਜਿਹੜਾ ਹੈਗਾ ਲਾਇਆ ਉੱਤੇ 30 30 ਜਨਵਰੀ ਨੂੰ ਹੂੰ ਹੂੰ ਪ੍ਰਧਾਨ ਮੰਤਰੀ ਸਾਹਿਬ ਤਾਂ ਮਹਾਤਮਾ ਗਾਂਧੀ ਨੂੰ ਮੱਥਾ ਟੇਕੀ ਜਾਂਦੇ ਸੀ ਹੂੰ ਤੇ ਇੰਦਰ ਗੋਦਸੇ ਦੇ ਕੀ ਕਹਿੰਦੇ ਆ ਗਾਂਧੀ ਦੇ ਪਿਸਤੌਲ ਮਾਰੀ ਜਾਂਦੇ ਸੀ ਇਹਨਾਂ ਦੇ ਬੰਦੇ ਹਨ ਮਹਾ ਮਹਾ ਮੈਂ ਮੈਂ ਅਜਰੀ ਉਹਦੀ ਉਹਦੀ ਗੁਣਗਾਨੋ ਦਾ ਕੀਤਾ ਜਾ ਰਿਹਾ ਸੀ ਹੂੰ ਹੂੰ ਸੋ ਆਪ ਦੀ ਥਾਂ ਦਿੱਤੀ ਇਹ ਫਿਰ ਜਿਹੜਾ ਉਹਦਾ ਫਾਰਮੂਲਾ ਸੀ ਨਾ ਕਿ ਇਸ ਫਾਰਮੂਲੇ ਦੇ ਤਹਿਤ ਹਿੰਦੂ ਤੇ ਦਲਤ ਜੀ ਇਹਨਾਂ ਨੂੰ ਯੂਨਾਈਟ ਕਰਕੇ ਜੱਟਾਂ ਜੱਟਾਂ ਦੇ ਖਿਲਾਫ ਅਸੀਂ ਇੱਕ ਨਵਾਂ ਮਤਲ ਜਿਹੜਾ ਇੱਥੇ ਗੱਠਜੋੜ ਬਣਾ ਕੇ ਆਪਦੀ ਸਰਕਾਰ ਬਣਾਵਾਂਗੇ ਇਹ ਸਰਕਾਰ ਬਣਾਉਂਦੇ ਸੀ ਲਿਕਨੇ ਕਿਸਾਨ ਅੰਦੋਲਨ ਦਾ ਸਿਲਸਿਲਾ ਹੈ ਹਮ ਹਮ ਕਿ ਹੁਣ ਕਿਸਾਨ ਜਦੋਂ ਵੀ ਜੀਪੀ ਦਾ ਕੋਈ ਲੀਡਰ ਆਉਂਦਾ ਹੈ ਜੀ ਉਹ ਲੀਡਰ ਦਾ ਕਰਾਓ ਕਰਦੇ ਆ ਲੀਡਰ ਲੀਡਰਾਂ ਨੂੰ ਹੋਟਲਾਂ ਤੱਕ ਸੀਮਤ ਹੋਣਾ ਪੈਂਦਾ ਹੈ ਹਮ ਹਮ ਪੁਲਿਸ ਆਉਂਦੀ ਹੈ ਤੇ ਉਹਨਾਂ ਨੂੰ ਕਢਾ ਕੇ ਲੈ ਕੇ ਜਾਂਦੀ ਹੈ ਜੀ ਪੰਜਾਬ ਦੇ ਵਿੱਚ ਅੱਜ ਕੱਲ ਲੋਕਲ ਬਾਡੀਜ਼ ਦਾ ਚੋਣਾਂ ਹੋ ਰਹੇ ਹਮ ਹਮ ਉਹਨਾਂ ਲੋਕਲ ਬਾਡੀਜ਼ ਦੀਆਂ ਚੋਣਾਂ ਵਾਸਤੇ ਬੜਾ ਜ਼ੋਰ ਲਾਇਆ ਜੀ ਸਾਨੂੰ ਕੈਂਡੀਡੇਟ ਮਿਲ ਬੜੀ ਮੁਸ਼ਕਲ ਦੇ ਨਾਲ ਕੈਂਡੀਡੇਟ ਕੈਂਡੀਡੇਟ ਕੋਈ 1 2 ਉਹਨਾਂ ਨੇ ਆਪ ਦੇ ਭਾਲੇ ਭੂਲੇ ਜੀ ਇਹ ਹਰ ਸ਼ਹਿਰ ਦੇ ਵਿੱਚ ਬਸ ਉਹ ਹੀ ਜਿਹੜੇ ਪੱਕੇ ਬੰਦੇ ਵੀ ਜੀ ਇਸ ਤਰ੍ਹਾਂ ਲੜਾਂਗੇ ਜੋ ਮਰ ਰ ਸੀਟਾ ਦਾਪੁਰ ਕਰਨੇ ਹਾਂ ਅਜੇ ਜਿੱਤ ਹਾਰ ਦੀ ਗੱਲ ਨਹੀਂ ਕੋਈ ਟਿਕਟ ਲਾਈਨ ਨੂੰ ਤਿਆਰ ਟਿਕਟ ਲਾਈਨ ਨੂੰ ਤਿਆਰ ਨਹੀਂ ਤੇ ਬਠਿੰਡੇ ਦੀ ਇੱਕ ਖਬਰ ਮੇਰੇ ਕੋਲ ਆਈ ਹੈ ਜੀ ਜਿਹੜੀ ਜੇ ਉਹ ਪੁਖਤਾ ਹੈ ਹਮ ਆਪਾ ਦੀ ਪੁਸ਼ਟੀ ਤਾਂ ਨਹੀਂ ਕਰ ਸਕਦੇ ਪਰ ਹਾਂ ਗੰਦ ਕਰਤਾ ਤਾਂ ਹੈ ਨਾ ਗੰਦ ਕਰਤਾ ਗੰਦ ਕਰਤਾ ਇਹ ਹੈ ਕਿ ਕੁਝ ਅਜਿਹੇ ਬੰਦੇ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਦਾ ਭਾਜਪੀ ਨਾਲ ਤੱਲ ਕੀ ਕੋਈ ਤੱਲ ਕੀ ਕੋਈ ਨਹੀਂ ਨੇੜੇ ਦਾ ਤੇੜੇ ਦਾ ਨਹੀਂ ਉਹਨਾਂ ਦੀ ਆਪਦੀਆਂ ਪਾਰਟੀਆਂ ਸੀ ਉਹਨਾਂ ਦੇ ਵਿੱਚੋਂ ਕੋਈ ਆਪਣੇ ਵੀ ਮਿਲਗਿਲ ਨਾਲੇ ਹੈਗੇ ਸੀਗੇ ਵਿੰਗੇ ਟੇਡੇ ਹਾਂਜੀ ਪਤਾ ਲੱਗਿਆ ਵੀ ਇਹ ਇਲੈਕਸ਼ਨ ਕਿਉਂ ਲੜਦੇ ਹੈ ਤੇ ਮੈਨੂੰ ਕਿਸੇ ਸੱਜਣ ਨੇ ਦੱਸਿਆ ਕਿ ਇਹ ਇਲੈਕਸ਼ਨ ਕਾਹਨੂੰ ਮੈਨੂੰ ਕਿਉਂ ਪਰਣਗੇ ਕਿਵੇਂ ਪਰਣਗੇ ਫਿਰ ਹੂੰ ਉਹ ਕਹਿੰਦੇ ਜੀ ਗੱਲ ਹੈ ਉਹ ਕਹਿੰਦੇ ਜੀ ਸਾਡੀ ਟਿਕਟ ਲੈ ਲਓ ਹੂੰ ਜਿਹੜਾ ਪ੍ਰਚਾਰ ਦੇ ਉੱਤੇ ਜਿਹੜਾ ਆਪਣਾ ਖਰਚਾ ਹੋਊਗਾ ਅਸੀਂ ਕਰਾਂਗੇ ਪ੍ਰਚਾਰ ਮਟੀਰੀਅਲ ਅਸੀਂ ਖਰਚ ਕਰਾਂਗੇ ਹੂੰ ਤੁਸੀਂ ਆਪਣਾ ਰਸੋਈ ਪਾਣੀ ਦਾ ਲੰਗਰ ਪਾਣੀ ਦਾ ਜਿਹੜਾ ਤੁਹਾਡਾ ਖਰਚਾ ਆਊਗਾ ਤੇ 2 ਲੱਖ ਰੁਪਈਆ ਲੈ ਲਓ ਨਾਲ ਲੈ ਲਓ ਉਹ ਜਿਹੜੇ ਮਤਲਬ ਆਮ ਜਿਹੜੀਆਂ ਸੀਟਾਂ ਦੇ ਉੱਤੇ ਬੰਦੇ ਖੜੇ ਕਰਨ ਵਾਸਤੇ ਬੁੱਤ ਖੜੇ ਕਰਨ ਵਾਸਤੇ 2-2 ਲੱਖ ਰੁਪਈਆ ਦਿੱਤਾ ਜਾ ਰਿਹਾ ਹੂੰ ਹੂੰ ਇਹਦੇ ਅੰਦਾਜ਼ਾ ਲਾਓ ਕਿ ਜਿਹੜੇ ਅਗਲੀ 2000 22 ਦੇ ਵਿੱਚ ਆਪਦੀ ਸਰਕਾਰ ਬਣਾਉਣ ਵਾਸਤੇ ਤਰਹੀ ਹੋਈ ਸੀ ਜੀ ਤੇ ਹੁਣ ਮਿਊਸਪਲ ਕਮੇਟੀ ਦੀਆਂ ਟਿਕਟਾਂ ਹੂੰ ਹੂੰ ਕੋਈ ਲੈ ਲਵੇ ਇਹਦੇ ਲਈ ਨਾਲ 2-2 ਲੱਖ ਰੁਪਏ ਦਾ ਨਜ਼ਰਾਨਾ ਵੀ ਦੇਣਾ ਪੈਣਾ ਹੈ ਨਜ਼ਰਾਨਾ ਦੇਣਾ ਪੈਂਦਾ ਲੋਕਾਂ ਨੂੰ ਹਜ਼ਰਾਨ ਹਰਜਾਨਾ ਭਰਨਾ ਉਹ ਤਾਂ ਭਰਨੇ ਪਊਗਾ ਜੀ ਜੀ ਸੋ ਪ੍ਰੋਗਰਾਮ ਸ਼ਾਮਾਂਦਨ ਬਾਅਦ ਅਸਤੂਰੇ ਇਸ ਤਰ੍ਹਾਂ ਜਾਰੀ ਰਹੇਗਾ ਜੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਸੋ ਧੰਨਵਾਦ ਜੀ ਤੁਹਾਡਾ ਤੇ ਨਾਲੇ ਜੇਕਰ ਕੋਈ ਵੀ ਤੁਸੀਂ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ 99164106669819010666